ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਫਿਰ ਖੇਡ ਰਹੇ ਹਾਂ ਫਾਰਮਿੰਗ ਸਿਮੂਲੇਟਰ। ਜਿਵੇਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਟੋਜਨ ਮੁਕਾਬਲਾ ਚੱਲਦਾ ਪਿਆ ਸੀ, ਅੱਜ ਆ ਮਿੱਤਰੋ ਰਾਊਂਡ 2। ਪਹਿਲੇ ਰਾਊਂਡ ਦੇ ਸਾਰੇ ਟਰੈਕਟਰ ਜਿਹੜੇ ਸੀਗੇ ਉਹ 13 ਟਰੈਕਟਰ ਉੱਧਰ ਖੜ੍ਹੇ ਅਤੇ ਅਸੀਂ ਧੁੱਪੇ ਜੇ ਬੈਠੇ ਸੀਗੇ। ਮਾੜਾ ਜਿਹਾ ਮੌਸਮ ਠੰਡਾ ਹੋਇਆ ਸੀ। ਓਏ ਉੱਠ ਖੜੋ, ਹੁਣ ਤਾਂ ਸੁੱਪ ਨਿਕਲਿਆ ਹੀ ਬਾਈ, ਆ ਜਾਓ ਮਾਰੋ। ਮੈਂ ਕਹਿੰਦਾ ਛਾਲਾਂ 'ਤੇ ਕਰੀਏ ਟੋਜਨ ਸ਼ੁਰੂ ਮਿੱਤਰੋ। ਸੋ ਟਰੈਕਟਰ ਵੀ ਤੁਹਾਨੂੰ ਪਤਾ ਹੀ ਆ ਮਿੱਤਰੋ ਕਿਹੜੇ ਕਿਹੜੇ ਰਾਊਂਡ ਦੇ ਵਿੱਚ ਗਏ ਸੀ। ਅਤੇ ਸੰਨੀ ਆਪਣੇ ਨਾਲ ਕਹਿੰਦੇ ਅੱਜ ਮੌਛ ਨੂੰ ਫੁੱਲ ਕੁੰਡ ਦੇਈ ਬੈਠਾ ਹੈ ਅਤੇ ਇੱਧਰ ਬੈਠਾ ਸਪੈਂਕਰ। ਠੀਕ ਹੋ ਮੁੰਡੇ, ਹੋ ਤਿਆਰ? ਹੋ ਤਿਆਰ ਆ, ਚੱਲੇ ਆ ਬਾਈ। ਚਲੋ 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 ਬਾਈ। ਤੇ ਜਿਹੜੇ ਅੱਜ ਆਪਾਂ ਟੋਜਨ ਸ਼ੁਰੂ ਕਰਨੇ, ਇੱਕ ਪਾਸੇ ਟਰੈਕਟਰ ਖੜੇ ਆ, ਮੈਂ ਤੁਹਾਨੂੰ ਦੱਸ ਦਿੰਦਾ ਫਿਰ ਅੱਜ ਕੀ ਸਿਸਟਮ ਆ। ਆ ਜਾਓ ਭੱਜ ਕੇ। ਅੱਜ ਆਪਣੇ ਕੋਲ ਬਚੇ ਆ, ਕੱਲ੍ਹ ਆਪਣੇ 13 ਟਰੈਕਟਰ ਆ ਜਿਹੜੇ ਰਾਊਂਡ 2 ਦੇ ਵਿੱਚ ਪਹੁੰਚੇ ਆ ਅਤੇ ਮੈਚ ਹੋਣੇ ਆ 6। ਇੱਕ ਟਰੈਕਟਰ ਨੂੰ ਜਾਊਗੀ ਸਿੱਧੀ ਝੰਡੀ, ਉਹ ਆ ਅਰਜਨ। ਅਰਜਨ ਨੂੰ ਜਾਊਗੀ ਤੀਜੇ ਰਾਊਂਡ ਲਈ ਸਿੱਧੀ ਝੰਡੀ। ਆਹ ਸਵਰਾਜ ਦਾ ਆਪਸ 'ਚ ਆਏ, ਮਤਲਬ ਜਿਵੇਂ ਜਿਵੇਂ ਖੜੇ ਆਏ ਆ ਟੋਜਨ ਪਈ ਜਾਣੇ ਆ। ਪਹਿਲਾਂ ਡੈਨਾਸੌਰ ਅਤੇ ਫਿਰ 963 ਦਾ ਆਪਸ ਦੇ ਵਿੱਚ ਆ, ਫਿਰ ਆ ਮੈਸੀ ਅਤੇ ਆਹ ਨਿਊ ਹੋਲੈਂਡ। ਠੀਕ ਆ, ਦੋਨੇ ਪਾਕਿਸਤਾਨੀ ਟਰੈਕਟਰ ਆਪਸ ਵਿੱਚ ਭਿੜਨਗੇ। ਫਿਰ ਆਸ਼ਾ ਜੌਂਡੀਅਰ, ਫਿਰ ਸਮਾਰਟ 855, ਬਸ ਐਂ ਚੱਲਣਾ ਕੰਮ। ਠੀਕ ਹੈ, ਅਤੇ ਕਰੀਏ ਸ਼ੁਰੂ ਫਿਰ। ਚਲੋ 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 ਕਰਦੇ ਹਾਂ ਬਾਈ। ਲੈ ਕੇ ਪ੍ਰਭੂ ਦਾ ਨਾਮ ਇੰਤਾਛਰੀ ਟਰੈਕਟਰ ਤੇ ਬਹਿ ਕੇ ਬਾਈ ਲਾਵਾਂਗੇ ਜਗਾਰਾ। ਬੁੜੇ ਸੋਹਣਿਆ, ਸਤਰੀਆ ਕਾਲ, ਕਿਆ ਬਾਤ ਹੈ ਮਿੱਤਰੋ। ਸੰਨੀ ਰੈਫਰੀ ਬਣੂਗਾ ਪਹਿਲੇ ਮੈਚ 'ਚ ਹੀ। ਹਰ ਵਾਰ ਤਿਆਰ ਆਪਾਂ ਤਾਂ ਬਾਈ, ਹਾਏ ਹੋਏ, ਕੱਲ ਆ ਹੀ 963 ਤੇ ਮੈਂ ਬੈਠਾ ਸੀ, ਅੱਜ ਪਤਾ ਨਹੀਂ ਮਤਲਬ ਕੀ ਬਣੂ। ਦੋਨੇ ਤਿਆਰ ਆ ਬਾਈ, ਦੋਨੇ ਤਿਆਰ ਆ। ਇਹ ਕਹਿੰਦੇ ਕੀ ਬਣੂ ਮਿੱਤਰੋ, ਇੱਕ ਪਾਸੇ 963, ਕਿਆ ਬਾਤ ਹੈ, ਲੱਗਦਾ ਫੌਲ ਹੋਊ। ਇਹ ਆਓ ਚੱਕ, ਕਹਿੰਦੇ ਪਹਿਲੇ ਰਾਊਂਡ ਦੇ ਵਿੱਚ ਹੀ ਫੌਲ। ਸਪੈਂਕਰਾ ਲਾਲਾ ਬਾਈ, ਸਿੱਧਾ ਜਿਹਾ ਕਰਕੇ ਚੱਲੇ ਜੇ। ਲੈ ਮੈਂ ਜਾਣ ਕੇ ਕੀਤਾ, ਹੁਣ ਟੇਢਾ ਜਾਂਦਾ ਟਰੈਕਟਰ ਬਈ ਯਾਰ। ਲਓ ਵੀ ਮਿੱਤਰੋ, ਇੱਕ ਆਪਾਂ ਫੌਲ ਕਰ ਲਿਆ ਅਤੇ ਜੇ ਦੋ ਹੋਰ ਫੌਲ ਕਰ ਲਏ ਤਾਂ ਵੀ ਜਿੱਤ ਗਏ, ਅਤੇ ਜੇ ਆਪਾਂ ਸਿਰੇ ਲੈ ਗਏ ਤਾਂ ਇੱਕ ਰਾਊਂਡ ਆਪਾਂ ਤਾਂ ਵੀ ਜਿੱਤ। 3, 2, 1 ਏ ਕਹਿੰਦੇ ਖਿੱਚੂ ਕੇ ਨਹੀਂ ਡੈਨਾਸੌਰ, ਪਹਿਲਾਂ ਕਿਉਂ ਛੱਡਿਆ? ਪਲਟ ਗਿਆ ਬਾਈ, ਪਲਟ ਗਿਆ ਬਾਈ, ਦੁਬਾਰਾ ਦੁਬਾਰਾ ਗਾਈ ਸਾਹਿਬ ਪਲਟਣ ਵਾਲਾ ਕੰਮ ਹੋ ਗਿਆ ਬਾਈ। ਮੈਂ ਤਾਂ ਟਾਇਰ ਵੀ ਮੋੜੇ ਪਿਆ, ਹੁਣ ਮੈਂ ਕੀ ਕਰਾਂ, ਮੈਂ ਕੀ ਕਰਾਂ ਮਿੱਤਰੋ, ਮੈਂ ਕੀ ਕਰਾਂ, ਮੈਂ ਕੀ ਕਰਾਂ। ਤੀਜਾ ਫੌਲ ਹੋ ਗਿਆ ਤਾਂ ਬਸ ਬਾਈ, ਫਾਈਨਲ ਮੈਚ ਤਾਂ ਐਂ ਹੁੰਦੇ ਅੱਧਾ ਦਾ ਘੰਟਾ ਬਾਈ, ਚੈੱਕ ਸੈ੟ ਕਰਨ ਤੇ ਹੀ ਲੱਗ ਜਾਂਦਾ ਮਿੱਤਰੋ। ਫਾਈਨਲ ਮੈਚ ਦਿੱਤਾ ਦੇ, ਆਪਾਂ ਤਿਆਰ ਆ ਬਾਈ ਮੈਨੂੰ ਹਰਾਉਣ ਵਾਸਤੇ। 3, 2, 1 ਇਸ ਵਾਰੀ ਫੌਲ ਨਹੀਂ ਹੋਣ ਦੇਣਾ ਮੈਂ। ਮੈਂ ਮਿੱਤਰੋ ਘੱਟ ਰੇਸ ਤੇ ਖੇਡ ਲੂੰਗਾ ਪਰ ਫੌਲ ਨਹੀਂ ਹੋਣ ਦੇਣਾ। ਪਰ ਕਹਿੰਦੇ ਕਿੱਥੇ ਹੋ ਗਿਆ ਫੌਲ, ਕਮਾਲੋ ਬਾਈ ਪਾਸੇ, ਕਮਾਲੋ ਪਾਸੇ ਬਾਈ। ਲਓ ਵੀ ਮਿੱਤਰੋ, ਡੈਨਾਸੌਰ ਦਾ ਇੱਕ ਰਾਊਂਡ ਵਿਨ ਹੋ ਗਿਆ ਬਾਈ, ਤੂੰ ਕਰ ਲਾ ਉਹ ਭਰਾਵਾ। ਹਜੇ ਹਰਿਆ ਨੀ ਤੂੰ, ਹਜੇ ਹਰਿਆ ਨੀ ਤੂੰ ਕਰ ਲੈ ਤੂੰ ਤੇ ਹਾਂ ਤੇ ਇੱਕ ਪਾਸਾ ਹੀ ਹਰਿਆ, ਇੱਕ ਪਾਸਾ ਤਾਂ ਹਜੇ ਜਿੱਤਣਾ। ਪਹਿਲਾਂ ਹੀ ਰੋਲ ਲੱਗ ਗਿਆ ਸੀਗਾ ਬਾਈ, ਦੇਖ ਲਓ ਬਾਈ। ਨਹੀਂ ਬਾਈ, ਡਰਾਈਵਰ ਪਹਿਲਾਂ ਬਦਲੀ ਦਾ ਡਰਾਈਵਰ, ਆਹ ਗੱਲ ਗਲਤ ਆ। ਕਹਿੰਦੇ ਕੀ ਹੋ ਗਿਆ, ਓ ਵੇ ਬੱਲੇ ਬੱਲੇ ਬੱਲੇ। ਸਪੈਂਕਰਾ ਤੂੰ ਵੀ ਸਲੋਅ ਰੇਸ ਦੀ ਗੇਮ ਖੇਡ ਕੇ ਵੇਖ ਲੈ ਕਿਤੇ, ਅਸੀਂ ਤਾਂ ਸਲੋਅ ਰੇਸਾਂ ਦੀ ਖੇਡਦੇ ਹਾਂ। ਹੁਣ ਟਰੈਕਟਰ 10 ਮਿੰਟ ਪਾਵਾਂ, ਸਾਰਾ ਟਾਇਰ ਪਾਵਾਂ। ਲਓ ਵੀ ਮਿੱਤਰੋ, ਫਿਰ ਫੌਲ ਦੀ ਕੋਈ ਗੱਲ ਹੋਊਗੀ ਤਾਂ ਇਹ ਆਹ ਦੇਖ ਲਈ ਹੁਣ ਸੰਨੀ, ਦੇਖ ਫਿਰ ਮੰਨ ਗਿਆ ਨਾ ਇਹ ਮਨਾਲੀ ਦਾ ਹੀ ਦਾ ਮਿੱਤਰੋ। ਅਸੀਂ ਦੋ ਫਾਊਲ ਹੋਰ ਪਏ ਅੱਜ ਆਪਣੇ,
ਇਹ ਕਹਿੰਦੇ ਮਿੱਤਰੋ ਜ਼ੋਰ ਲੱਗਿਆ ਪਿਆ, ਕਹਿੰਦੇ ਕਿਆ ਬਾਤ ਹੈ ਬਾਈ ਯਾਰ, ਹੁਣ ਨਹੀਂ ਜਾਂਦਾ ਮੂਹਰਲੇ ਟਾਇਰ ਥੱਲੇ ਲੱਗਣ ਤਾਂ ਮੈਂ ਮੋੜ ਲਾਂ ਬਾਈ, ਮੇਰੀ ਸੁੱਕਦੀ ਨਹੀਂ ਵੀ ਆ ਨਾ, ਉਹ ਵੀ ਦੇਖ ਨਾ ਤੇ ਬਾਈ ਉੱਚੀ ਪਾ ਲਓ ਬਾਈ, ਤੁਹਾਡੇ ਗੁੱਲੀਆਂ ਹੈ ਨਹੀਂ ਚੱਲ ਜੋ ਵੀ ਹੁੰਦਾ ਹੋ ਜੇ। ਇਹ ਕਹਿੰਦੇ ਦੂਜੇ ਲੋ ਦੇ ਵਿੱਚ ਪੱਟਿਆ, ਹਜੇ ਵੀ ਨਹੀਂ ਹੋਇਆ, ਦੱਸੋ ਆਹਦਾ ਟਾਇਰ ਬਾਹਰ ਸੀ ਬਾਈ, ਆਹ ਆ ਮੇਰੇ ਮੈਨੂੰ ਫੌਲ ਜਾਣਾ ਸਪੈਂਕਰਾ, ਆ ਕਰਤਾ ਬਾਈ ਸਪੈਂਕਰ ਨੇ ਮੇਰੇ ਲਈ ਫੌਲ, ਸਪੈਂਕਰ ਕਨਫਿਊਜ਼ ਆ। 900 ਲੈ ਜਾ, 900 ਵਾਲਾ ਬੰਦਾ ਲੈ ਜਾ, ਤੂੰ ਸੱਜਾ ਕਹਾਂ ਕਿਤੇ ਜਾ ਬਾਈ, ਦੱਸ ਦੇ ਇੱਕ ਵਾਰੀ ਫੇਰ ਕਮੇਟੀ ਵਾਲੇ ਵੀਰ, ਹਾਏ ਹੋਏ ਬਾਈ ਯਾਰ ਗੇਮ ਹੀ ਫੌਲਦੀ ਆ ਬਾਈ, ਕੀ ਕਰੀਏ, ਟਰੈਕ ਹੀ ਉਹਜਾ ਹੋ ਗਿਆ, ਸੀਮੈਂਟ ਵਾਲਾ ਟਰੈਕ ਆ, ਗੇਮ ਹੀ ਫੌਲਦੀ ਆ ਲੈ ਬਾਈ, ਟਰੈਕ ਸੀਮੈਂਟ ਵਾਲਾ ਹੁਣ ਤੇ ਬਾਈ ਫੌਲਦੀ ਹੁੰਦੀ ਆ, ਨਾ ਦੱਸ ਕਦੇ ਸਾਪਾਂ ਨੂੰ ਮਿਲਦੇ ਨਹੀਂ ਵੇਖੇ ਟੋਚਣਾ ਦੇ ਡਰੈਕਟਰ। ਨਹੀਂ ਨਹੀਂ ਬਾਈ ਪਾਕਿਸਤਾਨੀ ਮੈਚ ਲਾ ਰਿਹਾ ਸਿੱਧਾ ਲਿਜਾਣ ਵਾਸਤੇ, ਤੇ ਸਿੱਧਾ ਅੱਛਾ ਪਤਾ ਨਹੀਂ ਕਿਹਦੇ ਜੋਰ ਅੱਜ ਕੱਲ ਜਿਹੜਾ ਸਿੱਧਾ ਲੈ ਕੇ ਜਾ। ਓ ਹੋ 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 ਸੰਨੀ ਤੂੰ ਚਲਾਏਗਾ, ਵੈਸੇ ਕੱਲ ਇਹ ਸਪੈਂਕਰ ਨੇ ਚਲਾਇਆ ਸੀ, ਤੂੰ ਚਲਾ ਸੰਨੀ, ਚੱਲ ਮੈਂ ਚਲਾਉਂਗਾ, ਕਿੱਡੀ ਗੱਲ ਹੈ, ਬਾ ਠੀਕ ਆ ਸਪੈਂਕਰਾ, ਤੂੰ ਕਮੈਂਟਰੀ ਤੇ 3 ਤੋਂ 90 ਆ, ਤੇ ਦੂਜੇ ਪਾਸੇ ਆ ਹਾਲੈਂਡ ਬਾਈ, ਪਾਕਿਸਤਾਨੀ ਹਾਲੈਂਡ ਆ 6, ਉਹ ਵੀ ਪਾਕਿਸਤਾਨੀ ਮੈਸੀ ਆ, ਉਹ ਵੀ ਪਾਕਿਸਤਾਨੀ ਆ ਮੁੰਡੇ, 25 ਭਰਾ ਲੜਨੇ ਆ ਹੁਣ ਲੱਗਦਾ ਮੈਨੂੰ, ਦੇਖਦੇ ਆ ਪਾਨ ਜੀ ਖਾਣ ਉੱਡ ਗਿਆ। ਇਹ ਕਹਿੰਦੇ ਵੀਰ ਗਿਆ ਕੰਮ, ਬੱਲੇ 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 ਆਓ ਬੇ, ਇਹ ਕਹਿੰਦੇ ਸੰਨੀ ਡਰਾਈਵਰ ਚੋਟੀ ਦਾ ਮਿੱਤਰੋ, ਕਿਆ ਬਾਤ ਹੈ, ਵੀਰ ਗਿਆ ਕੰਮ, ਵੀਰ ਗਿਆ ਕੰਮ, ਕਿਆ ਬਾਤ ਹੈ, ਆਪਾਂ ਥੋੜੀ ਸਲੋ ਰੇਸ ਕਰਕੇ ਦੇਖ ਲੈਂਦੇ ਆ ਕੀ ਬਣਦਾ, ਲੱਗ ਜੂ ਪਤਾ, ਤੇ ਪਰ ਕਹਿੰਦੇ ਇੱਥੇ ਕੰਮ ਵੀਰ ਗਿਆ ਮੈਨੂੰ ਲੱਗਦਾ ਹੈ ਬਾਈ, ਆਹਦਾ ਵੀਰ ਗਿਆ ਯਾਰ, ਆਪਣੇ ਵਾਲਿਆਂ ਨੇ ਅੱਗਾ ਚੱਕ ਲੈਣਾ ਸਿਰਾ ਕਰਾ ਦੇਣਾ ਵਾ, ਮੈਨੂੰ ਲੱਗਦਾ ਕਰੂ ਕੁਛ, ਕਰੂ ਕੋਈ ਕਾਰਾ, ਕਰ ਕੋਈ ਕਾਰਾ ਮਿੱਤਰੋ, ਉਹ ਤੇਰੀ ਇੱਧਰ ਕਹਿੰਦੇ ਬਾਈ ਆਹ ਤਾਂ ਗੰਭੀਰ ਗਿਆ ਯਾਰ, ਆਹ ਤਾਂ ਬਾਈ ਇੱਕ ਥਾਂ ਅੜ ਗਏ ਮਿੱਤਰੋ, ਹੁਣ ਕੁਛ ਨਹੀਂ ਕਰ ਸਕਦੇ ਇੱਥੇ ਫਸੇ ਪਏ, ਮੈਂ ਤਾਂ ਬਾਈ ਰੇਸ ਛੱਡਤੀ ਬਾਈ, ਆਪਾਂ ਤਾਂ ਸਲੋ ਰੇਸ 'ਤੇ ਦੇਖ ਰਹੇ ਹਾਂ, ਮੈਂ ਤਾਂ ਕਹਿੰਦਾ ਕਿ ਸੰਨੀ ਖਿੱਚੇ ਮਾੜਾ ਜਿਹਾ ਮੈਨੂੰ, ਤਾਂ ਕਿ ਮੈਂ ਦੁਬਾਰਾ ਮੋੜ ਕੇ ਲਿਆਵਾਂ, ਪਰ ਮੈਨੂੰ ਇੱਥੇ ਕੰਮ ਖਰਾਬ ਹੁੰਦਾ ਲੱਗਦਾ, ਮੈਨੂੰ ਲੱਗਦਾ ਕਰਨਾ ਪੈਣਾ ਕੋਈ ਕਾਰਾ ਹੈਪੀ ਆ, ਪਛਾਣੂ ਹੋ ਕੇ ਮਾੜਾ ਜਿਹਾ ਜ਼ੋਰ ਮਾਰਨਾ ਪੈਣਾ ਹੈ, ਮੈਨੂੰ ਲੱਗਦਾ ਚੱਲ ਇੱਕ ਵਾਰੀ ਲੈਣ ਟੱਪ ਜੇ ਨਾ ਮਿੱਤਰੋ,
ਸੀ ਤੇ ਤੇਰੇ ਤੋਂ ਕਿਹੜਾ ਟੱਪ ਲਈ ਜੇ ਤੈਨੂੰ ਤੂੰ ਨੀ ਟਪਾਉਣ ਦਿੱਤੀ ਵੇਖ ਫਿਰ ਮਾਰਦਾ ਜ਼ੋਰ ਵੇਖ ਫਿਰ ਮਾਰਦਾ ਜ਼ੋਰ ਲਓ ਵੀ ਮਿੱਤਰੋ ਕਹਿੰਦੇ ਡਰੋਨ ਵੀ ਉਹ ਵੀ ਤੁਹਾਨੂੰ ਦਿਖਾ ਦਈਏ ਵੇਖੋ ਅੱਗੇ ਚੱਕ ਚੱਕ ਕੇ ਤੁਰਦੇ ਲੈਣ ਤੇ ਕੰਮ ਅੜਿਆ ਪਿਆ ਵਾ ਕਹਿੰਦੇ ਜੇ ਸੰਨੀ ਵਾਲਾ ਲੈਣ ਇੱਕ ਵਾਰੀ ਟਪਾ ਲਿਆ ਨਾ ਸੰਨੀ ਵਾਲੇ ਨੂੰ ਮਿੱਤਰੋ ਆਪਾਂ ਤਾਂ ਸਿਰਾ ਹੋ ਜੂ ਪਰ ਜੇ ਸੰਨੀ ਨੇ ਲੈਣ ਟਪਾ ਲਈ ਤੇ ਫਿਰ ਆਪਣੇ ਵਾਲੇ ਦੇ ਪੈਰ ਨਹੀਂ ਲੱਗਣੇ ਇੰਨਾ ਮੈਂ ਤੁਹਾਨੂੰ ਕਹਿ ਦਿੰਦਾ ਹਾਏ 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 ਕਹਿੰਦੇ ਕੰਮ ਖਰਾਬ ਹੋਈ ਜਾਂਦਾ ਹੈ ਮੈਂ ਕਹਿੰਦਾ ਸੰਨੀਆ ਦੁਬਾਰਾ ਛੱਡ ਲਈਏ ਚੱਲਣ ਦੀਏ ਆਈ ਚੱਲਣ ਦੇ ਕੀ ਸੀ ਮੈਂ ਤਾਂ ਜਮਾਂ ਸਲੋਅ ਰੇਸ ਕਰਕੇ ਛੱਡਤਾ ਬਾਈ ਆਪਾਂ ਤਾਂ ਇੱਦਾਂ ਹੁਣ ਕੁਛ ਨਹੀਂ ਘੱਟ ਵੱਧ ਕਰ ਸਕਦੇ ਮਿੱਤਰੋ ਆਪਾਂ ਰੇਸ ਘਟਾਤੀ ਹੈ ਠੀਕ ਹੈ ਜਦੋਂ ਕੋਈ ਗਰਿੱਪ ਬਣੂਗੀ ਉਦੋਂ ਰੇਸ ਦੇ ਦਾਂਗੇ ਉਨਾ ਟਾਈਮ ਬੈਠੇ ਹਾਂ ਬਾਈ ਆਪਾਂ ਵੇਟ ਕਰ ਰਹੇ ਹਾਂ ਕਿ ਕਦੋਂ ਟਰੈਕਟਰ ਉੱਧਰਲਾ ਤੁਰੇ ਜਾਂ ਇੱਧਰਲਾ ਤੁਰੇ ਆਹ ਤਾਂ ਕੰਮ ਅੜ ਗਿਆ ਨਾ ਇਹ ਤੁਰਿਆ 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 ਪੱਟ ਲਿਆ ਹਾਏ ਓਏ ਇੱਦੂ ਗਾਂਹ ਕਿਉਂ ਨਹੀਂ ਜਾਂਦਾ ਇੱਦੂ ਗਾਂਹ ਕਿਉਂ ਨਹੀਂ ਜਾਂਦਾ ਸੰਨੀਆਂ ਕੀ ਕਰੀ ਬੈਠਾ ਹੈ ਕਹਿੰਦੇ ਕੰਮ ਵੀਰੂਗਾ ਬੱਲੇ 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 ਕੰਮ ਵੀਰੂ ਮੈਨੂੰ ਲੱਗਦਾ ਵੀਰੂ 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 ਕੰਮ ਪਰ ਨਹੀਂ ਉੱਧਰ ਸੰਨੀ ਬੈਠਾ ਨਾ ਜਿਹੜਾ ਜਮਾਂ ਹੀ ਸੱਪ ਬੈਠਾ ਸਲੋਅ ਰੇਸ ਵੇਖੋ ਮਿੱਤਰੋ ਕਿੰਨੀ ਲੈਂਦਾ ਟਰੈਕਟਰ ਬੰਦ ਵੀ ਨਹੀਂ ਹੁੰਦਾ ਤੇ ਟਾਇਰ ਵੀ ਦੇਖੋ ਘੁੰਮਦਾ ਬਾਈ ਕਿਆ ਬਾਤ ਹੈ ਬਾਈ ਫਾਲ ਗੇਮ ਵੀ ਨਹੀਂ ਚੱਲਦੀ ਵੀ ਕਹਿੰਦੇ ਗੱਭਰੂ ਦੀ ਫਾਲ ਗੇਮ ਵੀ ਨਹੀਂ ਚੱਲਦੀ ਵੀ ਟਰੈਕਟਰ ਕਿਉਂਕਿ ਨਾ ਤਾਂ ਸੱਜੇ ਜਾਂਦਾ ਨਾ ਖੱਬੇ ਜਾਂਦਾ ਸਿੱਧਾ ਵੀ ਨਹੀਂ ਜਾਂਦਾ ਪਿਛਾਂਹ ਵੀ ਨਹੀਂ ਜਾਂਦਾ ਬਸ ਲੈਣ ਦੇ ਅੱਗੇ ਪਿੱਛੇ ਘੁੰਮੀ ਜਾਂਦਾ ਉੱਤੇ ਜੀ ਕਦੇ ਉਹ ਇੰਚ ਤੇ ਅੱਗੇ ਹੋ ਜਾਂਦਾ ਇੰਚ ਘੁੰਮਦੇ ਪਿੱਛੇ ਹੋ ਜਾਂਦਾ ਇੱਦੂ ਜ਼ਿਆਦਾ ਨਹੀਂ ਇੰਚ ਇੰਚ ਕਰਕੇ ਵੈਸੇ ਤਾਂ ਗਾਂਹ ਜਾਇਆ ਜਾਂਦਾ ਇੰਚ ਇੰਚ ਕਰਕੇ ਜਿੱਤ ਵੀ ਸਕਦਾ ਬੰਦਾ ਹੌਸਲਾ ਨਹੀਂ ਹਾਰਨਾ ਸਿਰਾ ਨਹੀਂ ਸੰਨੀਆਂ ਅੜ ਗਏ ਕੰਮ ਹੋਏ ਸੰਨੀਆਂ ਦੁਬਾਰਾ ਛੱਡੀਏ ਜੇ ਤੂੰ ਕਹਿੰਦਾ ਤਾਂ ਪਰ ਨਹੀਂ ਮੈਂ ਤੈਨੂੰ ਪੱਟ ਲਿਆ ਸੀ ਵੈਸੇ ਦੇਖ ਲਾ ਮਰਜ਼ੀ ਹੈ ਚੱਲ ਦੁਬਾਰਾ ਛੱਡ ਲੈਂਦੇ ਦੁਬਾਰਾ ਛੱਡਾ ਦੋ ਬਈ ਸਾਡਾ ਹਾਂ ਹਾਂ ਰੋਕ ਲਾ ਰੋਕ ਲਾ ਹਾਏ ਓਏ ਓ ਬੱਲੇ 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 ਰਿਸਕ ਤਾਂ ਮੈਂ ਵੀ ਲਿਆ ਸੀ ਸੰਨੀਆਂ ਹਾਏ ਓਏ ਸੰਨੀਆਂ ਰਿਸਕ ਤਾਂ ਮੈਂ ਵੀ ਲਿਆ ਸੀ ਜੇ ਫੇਰ ਅੜੇ ਨਾ ਇੱਥੇ ਫੇਰ ਆਪਾਂ ਪਾਸੇ ਘੁਮਾ ਲਾਂਗੇ ਸੰਨੀ ਬਾਈ ਸਿੱਧੀ ਜੀ ਗੱਲ ਰਿਸਕ ਤਾਂ ਮੈਂ ਵੀ ਲਿਆ ਸੀ ਪਰ ਕਹਿੰਦੇ ਕੰਮ ਨਹੀਂ ਕੀਤਾ ਇੱਥੋਂ ਟੱਪ ਗਿਆ ਤਾਂ ਟੱਪ ਜੂ ਬੱਲੇ 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 ਲੈ ਲਿਆ ਕੰਮ 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 ਮਿੱਤਰੋ ਹੁਣ ਤਾਂ ਫੁੱਟ ਕੇ ਥਾਂ ਰਹਿ ਗਿਆ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਲਈ ਦੇ ਇੱਕ
ਰਾਉਂਡ ਆ ਜਿਹੜਾ ਉਹ ਹੈਪੀ ਦੇ ਹੱਥ ਸੰਨੀ ਕਿਹੜੇ ਗੇਅਰ ਚ ਲਿਆ ਸੀ ਰੈਸਕੋ ਸੰਨੀ ਦਾ ਥੋੜਾ ਜਿਹਾ ਲੋ ਕੰਮ ਖਰਾਬ ਹੋਇਆ ਹਾਏ ਓਏ ਮੈਂ ਮੀਡੀਅਮ ਦੂਜੇ ਚ ਮੈਂ ਪਹਿਲਾਂ ਮੀਡੀਅਮ ਸੀ ਸੀਗਾ ਭੱਟੀ ਕਹਿੰਦਾ ਕੈਨੇਡਾ ਤੋਂ ਬੈਠਾ ਅੱਖਾਂ ਦੀਆਂ ਕੱਢੀ ਜਾਂਦਾ ਸੰਨੀ ਨੂੰ ਕਹਿੰਦਾ ਕੰਮ ਖਰਾਬ ਕਰੀ ਜਾਂਦਾ ਸੰਨੀ ਡਰਾਈਵਰ ਅੱਜ ਗਲਤ ਪੈ ਗਿਆ ਕੱਲ ਤਾਂ ਸਪੈਂਕਰ ਨੇ ਸਿਰਾ ਕਰਾ ਦੀ ਸੀ ਖਿੱਚ ਕੇ ਲੈ ਗਿਆ ਟਰੈਕਟਰ ਨੂੰ ਪਰ ਕਹਿੰਦੇ ਅੱਜ ਗੱਲਾਂ ਬਾਤਾਂ ਹੋਰ ਹੀ ਨੇ ਆਪਣੀ ਗੱਡੀ ਦੂਰ ਆ ਸੰਨੀ ਗੱਡੀ ਲੈਣੀ ਆ ਚੋਰੀ ਕਰ ਲੈਣੀ ਸੰਨੀ ਵੀ ਇੱਧਰ ਤਿਆਰ ਬਰ ਤਿਆਰ ਖੜਾ ਕਹਿੰਦੇ 53-10 ਲੈ ਕੇ ਸੰਨੀ ਕਹਿੰਦਾ ਮੈਂ ਚਲਾਊਂ ਕੱਲ ਮਿੱਤਰੋ ਆਪਾਂ ਚਲਾਇਆ ਸੀ ਪਰ ਉਹ ਬਈ ਉਹ ਦੇਖ ਲਓ ਬਾਈ ਲੱਛਣ ਕਰਾ ਲਓ ਬਾਈ ਉੱਤੋਂ ਆਸ਼ਾ ਭੰਨਣਾ ਵਜਾ ਲਓ ਟੁੱਟ ਜੂ ਓਏ ਸੰਨੀ ਕਹਿੰਦਾ ਅੱਜ ਤੈਨੂੰ ਮੈਂ ਚਲਾ ਕੇ ਦਿਖਾਉਂਦਾ ਅਤੇ ਸੰਨੀ ਕਹਿੰਦਾ ਸਿਰਾ ਹੀ ਹੋਣੀ ਹੈ ਸੰਨੀ ਲਾਜ ਰੱਖ ਲਈ ਮੇਰਾ ਬਾਈ ਧਾਲੀਵਾਲ ਨੇ ਕਿਹਾ ਸੀ ਆਹ ਟਰੈਕਟਰ ਜਿੱਤੂਗਾ ਨਾਮੀ ਆ ਇਹ ਬਸ ਲਓ ਵੀ ਮਿੱਤਰੋ ਕਹਿੰਦੇ ਇੱਕ ਪਾਸੇ ਜਾਊਂਦੀ 53-10 LT ਦੇ ਇੱਕ ਪਾਸੇ 241 ਆਸ਼ਾ ਕਹਿੰਦੇ ਦੇਖਦੇ ਆ ਕੀ ਬਣਦਾ ਹੈ ਲਓ ਵੀ ਮਿੱਤਰੋ ਤਿਆਰ ਹੋ ਰੇਸ ਰੂਸ ਤੁਹਾਡੀ ਓਕੇ ਹੈ ਨਹੀਂ ਨਹੀਂ ਸੈਂਟਰਾ 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 ਉਹਦਾ ਟੈਲੀ ਸੀ ਟੈਲੀ ਸੀ ਟੈਲੀ ਸੀ 3-2-1 ਲਓ ਵੀ ਮਿੱਤਰੋ ਛੱਡ ਤੇ ਕਲੱਚ ਕਹਿੰਦੇ ਕੀ ਹੋ ਗਿਆ ਹਾਏ ਓਏ ਆਸ਼ਾ ਆਸ਼ਾ ਬਾਈ ਦੌਰਾ ਪੈਂਦਾ ਨਜ਼ਰ ਆ ਰਿਹਾ ਮੈਨੂੰ ਕਿਤੇ ਧਾਲੀਵਾਲ ਵੀ ਅੱਖਾਂ 'ਚ ਮੁੱਕੀਆਂ ਦਈ ਜਾਂਦਾ ਇੱਧਰਲੇ ਪਾਸੇ ਕਹਿੰਦੇ ਤੂੰ ਵਾਲਾ ਆਸ਼ਾ ਉੱਡਿਆ ਜਾਂਦਾ ਜਿੱਤੇ ਬੈਠਾ ਸਪੈਂਕਰ ਕਹਿੰਦਾ ਫੌਲ ਕਰਨ ਨੂੰ ਫਿਰਦਾ ਮੈਨੂੰ ਲੱਗਦਾ ਕੋਈ ਚੱਕਰ ਪਾਉਣ ਨੂੰ ਫਿਰਦਾ ਸਪੈਂਕਰਾ ਫੌਲ ਦੇਦਾ ਤੂੰ ਸਖ਼ਤ ਗੁਲਾਬ ਸੀ ਫਿਰ ਫੌਲ ਵਾਲੀਆਂ ਗੇਮਾਂ ਕਿਉਂ ਖੇਡਣਾ ਹੈ ਇੱਕ ਪਾਸੇ ਆਸ਼ਾ ਦੇ ਦੂਜੇ ਪਾਸੇ ਜਾਊਂ ਯਾਰ ਸੰਨੀਆ ਲੱਗਦਾ ਗੇਅਰ ਦੀ ਥਾਂ 'ਤੇ PTO ਲਾਦਾ ਅੱਛਾ ਲਓ ਵੀ ਮਿੱਤਰੋ ਸੰਨੀ ਦਾ ਵੀ ਕੌਨਫੀਡੈਂਸ ਆ ਕਹਿੰਦਾ ਲੈ ਜੇ ਇੱਕ ਵਾਰੀ ਪਰ ਦੂਜੀ ਵਾਰੀ ਨਹੀਂ ਜਾਂਦਾ ਕਹਿੰਦੇ ਹੌਸਲੇ ਬੁਲੰਦ ਨੇ ਮੁੰਡੇ ਦੇ 241 ਆਸ਼ੇ ਦੇ ਨਾਲ ਬੁੱਕਦਾ ਹੀ ਜਾਂਦਾ ਬੁੱਕਦਾ ਹੀ ਜਾਂਦਾ ਕਿਆ ਬਾਤ ਹੈ ਟਾਇਰਾਂ ਦੇ ਵਿੱਚ ਪ੍ਰੈਸ਼ਰ ਘਟਾਇਆ ਪੂਰੇ ਲੈਵਲ 'ਤੇ ਗ੍ਰਿਪ ਪੂਰੀ ਬਣੀ ਹੋਈ ਆਸ਼ੇ ਦੀ ਅੱਜ ਮੈਨੂੰ ਲੱਗਦਾ ਆਸ਼ੇ ਨਾਲ ਕਰੂਗਾ ਕੁਛ ਸੰਨੀ ਵੀ ਕਹਿੰਦੇ ਚੋਕ ਰੇਸ ਜੀ 'ਤੇ ਹੋ ਕੇ ਬਹਿ ਗਿਆ ਪਰ ਮੈਨੂੰ ਲੱਗਦਾ ਟਪਾਊ ਕਿ ਨਹੀਂ ਆਸ਼ਾ ਦਾ ਮਿੱਤਰੋ ਸਿਰਾ ਹੀ ਕਰਾਈ ਜਾਂਦਾ ਸਾਰੇ ਟਰੈਕਟਰ ਤੁਸੀਂ 60 HP ਦੇ ਕੈਟਾਗਰੀ ਵਾਲੇ ਦੇਖੇ ਹੋਣਗੇ ਪਰ ਇੱਕ ਆਸ਼ਾ ਜਿਹੜਾ ਕਹਿੰਦੇ 30 ਹੌਸ ਪਾਵਰ ਨਾਲ ਹੀ ਸਿਰਾ ਕਰਾਈ ਜਾਂਦਾ ਪਰ ਕਹਿੰਦੇ ਆ ਕਿ ਇਹਦੀ ਹੌਸ ਪਾਵਰ ਲਿਖਣੀ ਭੁੱਲ ਗਏ ਸੀ ਕਿਆ ਬਾਤ ਹੈ ਬਾਈ ਆਸ਼ਾ ਤੇਰਾ ਇੱਕ ਟਾਇਰ ਹੋਰ ਏ ਆਓ ਚੱਕ ਲਓ ਵੀ ਮਿੱਤਰੋ ਦੂਜਾ ਰਾਊਂਡ ਕਹਿੰਦੇ ਆਸ਼ਾ ਤੇ ਇੱਕ ਪਾਸੇ ਜਾਊਂਡੀਅਰ 53-10 ਤਿਆਰ ਬਰ ਤਿਆਰ ਹੋ ਚੁੱਪ ਰੋ ਗਿਣਦੀਏ ਫਿਰ ਆ ਇੱਥੇ ਰੱਖ ਬੱਲੇ ਤੇਰੇ ਕੌਨਫੀਡੈਂਸ ਪੂਰਾ ਕਹਿੰਦੇ ਹੌਸਲੇ ਬੁਲਾਉਂਦਾ 3-2-1 ਬੱਲੇ ਆਸ਼ੇ ਵਾਲਿਆ ਕਰ ਕੁਛ ਲੱਗਦਾ ਜਾਊਂਡੀਅਰ ਵਾਲਾ ਭੇਤ ਪਾ ਗਿਆ ਕਹਿੰਦੇ ਗੇਅਰ ਜਾ ਲਾ ਗਿਆ ਕੋਈ ਤਕੜਾ ਪਰ ਆਸ਼ਾ ਰੇਸ ਨਹੀਂ ਫੜਦਾ ਪਿਆ ਫੜ ਲਈ ਆਸ਼ੇ ਨੇ ਵੀ ਰੇਸ ਚੱਲ ਆਸ਼ਾ ਚੱਲ ਜਾਊਂਡੀਅਰ ਦੇ ਵੀ ਕਹਿੰਦੇ ਟਾਇਰ ਦੀ ਗੁੱਡੀ ਕਦੇ ਪੱਟੀ ਦੀ ਆ ਕਦੇ ਕੁਛ ਹੁੰਦਾ ਮੈਨੂੰ ਲੱਗਦਾ ਕੰਮ ਵਧੂਗਾ ਰਾਊਂਡ 3 'ਚ ਗੱਲ ਜਾ ਸਕਦੀ ਆ ਜਾਊਂਡੀਅਰ ਲੱਗਦਾ ਖਿੱਚੂਗਾ ਪਰ ਕਹਿੰਦੇ ਸਪੈਂਕਰ ਵੀ ਆਸ਼ੇ ਦਾ ਜ਼ੋਰ ਪੂਰਾ ਲਵਾਈ ਜਾਂਦਾ ਹੈ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਜਾਊਂਡੀਅਰ ਨੇ ਵੀ ਮਾੜਾ ਜਿਹਾ ਮੂੰਹ ਚੱਕਿਆ ਪਰ ਵੇਟ ਪੂਰਾ ਸੈੱਟ ਹੈ
ਧਾਲੀਵਾਲ ਨੇ ਐਂਦਾ ਸੈੱਟ ਕਰਕੇ ਭੇਜਿਆ, ਲੱਗਦਾ ਧਾਲੀਵਾਲ ਨੇ ਦੂਰੋਂ ਵਾਇਰਲੈਸ 'ਤੇ ਕਹਿਤਾ ਹੈ ਕਿ ਜੇ ਰਾਹਾਲਾ ਰੱਖ ਪਟਵਾ ਅਸੀਂ ਤੂੰ ਨਹੀਂ ਹਾਰਨਾ। ਆਸ਼ਾ ਲੀਹ 'ਤੇ ਖੜਾਈ ਖੜੇ ਆ, ਕਹਿੰਦੇ ਬਾਈ ਕਿਆ ਬਾਤ ਆ, ਆਸ਼ਾ ਤੁਰਿਆ, ਆਸ਼ਾ ਤੁਰਿਆ ਐਸਾ ਤੁਰਿਆ, ਕਹਿੰਦੇ ਅੱਗਾ ਚੱਕ ਕੇ ਤੁਰਦਾ ਪਰ ਉਨਾ ਹੀ ਫੇਰ ਪਛਾਣ ਹੋ ਜਾਂਦਾ। ਮਿੱਤਰੋ ਮੈਨੂੰ ਲੱਗਦਾ ਇੱਥੇ ਕੰਮ ਖਰਾਬ ਹੁੰਦਾ ਜਾਂਦਾ ਹੈ। ਆਸ਼ੇ ਨੇ ਤਾਂ ਮੈਂ ਕਹਿੰਦਾ ਸਿਰਾ ਹੀ ਕਰਾਇਆ ਪਿਆ ਸੀ, ਮੇਲਾ ਲੁੱਟ ਲਿਆ ਸੀ ਗੱਭਰੂ ਨੇ, ਕਹਿੰਦੇ ਬੁੜੇ ਨੇ ਵੀ ਆ ਕੇ 100-100 ਦੇ ਨੋਟ ਮਾਰੇ ਸੀਗੇ, ਪਰ ਮੈਨੂੰ ਲੱਗਦਾ ਹੁਣ ਕੰਮ ਖਰਾਬ ਹੋ ਗਿਆ। ਬੱਲੇ 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 ਆਸ਼ੇ ਨੇ ਮੂੰਹ ਚੱਕਿਆ, ਕਰੂ ਕੁਛ ਕੇ ਨਹੀਂ ਤਪੈਂਕਰਾ, ਰੇਸ ਘਟਾ ਵਧਾ ਕੇ ਦੇਖ ਲੈ, ਕੁਛ ਘਟਾ ਵਧਾ ਕੇ ਦੇਖ ਲੈ, ਕੁਛ ਵੱਧ ਕਰਕੇ ਦੇਖ ਲੈ। ਮੈਨੂੰ ਲੱਗਦਾ ਸਪੈਂਕਰ ਨੇ ਗੇਅਰ ਗੂਰ ਕੱਢ ਲਿਆ ਅਤੇ ਕੰਮ ਖਰਾਬ ਕਰ ਲਿਆ ਬਾਈ। ਓਏ ਫੜ ਲਈ ਰੇਸ, ਫਿਰ ਆਸ਼ੇ ਨੇ ਕਹਿੰਦੇ ਠੱਕ 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 ਠੱਕ, ਹਾਏ ਓਏ ਲਓ ਵੀ ਮਿੱਤਰੋ ਸੰਨੀ ਵੀ ਜ਼ੋਰ ਦਵਾਈ ਫਿਰਦਾ ਹੌਂਸਲਾ ਤਾਂ, ਕਹਿੰਦੇ ਦੋਨਾਂ ਦਾ ਵਧਾਉਣਾ ਜ਼ਰੂਰੀ ਆ, ਸੰਨੀਆਂ ਕਰ ਕੁਛ, ਸੰਨੀਆਂ ਦੇ ਰੇਸ ਮਾੜੀ ਜੀ, ਜੌਂਡੀਅਰ ਦੀ ਟਰਬੋ ਨੂੰ ਦੇ ਮਾੜਾ ਜਿਹਾ ਸਪੋਇਲ, ਇੱਥੇ ਰੱਖ। ਸੰਨੀ ਵੀ ਕਹਿੰਦੇ ਲੈਣ ਦੀ ਜਮਾਂ ਕੋਲੇ ਹੈ, ਖਿੱਚ ਲੈ, ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ, ਚੋਪੜਾ ਫੌਲ ਨਹੀਂ ਸਿੱਧਾ ਲੈ ਕੇ ਜਾਣਾ। ਸੰਨੀ ਕਹਿੰਦਾ ਫੌਲ 3 ਕਰਨੇ ਪੈਣੇ ਆ ਅਤੇ ਦੂਜੂ ਕੰਮ ਖਰਾਬ ਹੋਜੂ। ਇੱਧਰ ਸਪੈਂਕਰ ਕਹਿੰਦੇ ਸਰਾ ਕਰਾਈ ਜਾਂਦਾ, ਮੈਨੂੰ ਲੱਗਦਾ ਕਰੂਗਾ ਕੋਈ ਕੰਮ ਸਪੈਂਕਰਾ, ਦੇਖ ਲੈ ਕਿਤੇ ਅੱਜ ਤੈਨੂੰ ਫੌਲ ਵਾਲੀ ਗੇਮ ਨਾ ਖੇਡਣੀ ਪੈ ਜੇ ਆਸ਼ੇ 'ਤੇ। ਸਪੈਂਕਰ ਕਹਿੰਦਾ ਇਹ ਟਰੈਕਟਰ ਨਾਲ 2-2 ਟਰਾਲੀਆਂ ਇੱਟਾਂ ਦੀਆਂ ਢੋਈਆਂ, 2-2 ਟਰਾਲੀਆਂ ਜਲੰਧਰ ਨੂੰ, ਕਹਿੰਦੇ ਕਿਆ ਬਾਤ ਹੈ। ਸਪੈਂਕਰਾ ਕਿਹੜੇ ਵੇਲੇ ਦੀ ਗੱਲ ਹੈ, ਕਿਹੜੇ ਸੰਨ ਦੀ? 1996 ਦੇ ਵਿੱਚ, ਕਹਿੰਦੇ ਮਾਡਲ ਪੁਰਾਣਾ ਹੈ ਮਿੱਤਰੋ, ਸਟਿੱਕਰ ਨਵੇਂ ਲਾਏ ਆ। ਬੱਲੇ 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 ਮਾਰਦਾ ਜ਼ੋਰ, ਮੈਨੂੰ ਲੱਗਦਾ ਲੈਣ ਦੀ ਟਪਾਲੇ ਨਾ ਕਿਤੇ। ਜੌਂਡੀਅਰ ਵੀ ਨੇੜੇ ਆ, ਜੌਂਡੀਅਰ ਵੀ ਨੇੜੇ ਆ ਮਿੱਤਰੋ, ਜੌਂਡੀਅਰ ਦੀ ਗੱਲ ਘੱਟ ਹੁੰਦੀ ਹੈ ਕਿਉਂਕਿ ਉਹ ਟਰੈਕਟਰ ਤਗੜਾ ਹੈ ਵੇਖਣ 'ਚ ਪੇਪਰ ਦੇ ਵਿੱਚ, ਪਰ ਗਰਾਊਂਡ ਦੇ ਵਿੱਚ ਇੱਥੇ ਆਸ਼ਾ ਫੁੱਲ ਟੱਕਰ ਦਾ ਹੀ ਆਉਂਦਾ। ਮੈਨੂੰ ਲੱਗਦਾ ਕਰੂ ਕੁਛ, ਕਰੂ ਕੁਛ। ਆਸ਼ਾ ਕਹਿੰਦੇ ਕਿਆ ਬਾਤ ਹੈ, ਇੱਕ ਸਿਲੰਡਰ ਦੇ ਨਾਲ ਹੀ ਖਲਾਰੇ ਪਾਈ ਆਉਂਦਾ। ਇੱਧਰ ਕਹਿੰਦੇ 3 ਸਿਲੰਡਰ ਇੰਜਨ ਉੱਤੋਂ ਟਰਬੋ, ਸੰਨੀਆ ਕੀ ਕਹਿਣਾ ਚਾਹੇਗਾ? ਜਰਤੇ ਦਾ ਅਸਰ ਲੱਗਦਾ ਮੁੱਕ ਗਿਆ ਮਿੱਤਰੋ। ਹਾਏ 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 ਹਾਏ, ਕਿਆ ਬਾਤ ਹੈ, ਕਿਆ ਬਾਤ ਹੈ। ਆਸ਼ੇ ਨੇ ਕਹਿੰਦੇ ਸਿਰਾ ਕਰਾਈ ਪਈ ਹੈ, ਦੋਨੇ ਲੜ ਪਏ ਆਪਸ ਦੇ ਵਿੱਚ, ਕਹਿੰਦੇ ਗੇਅਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਸਪੈਂਕਰਾ ਤੈਨੂੰ ਮੈਂ ਦੱਸਦਾ ਗੇਅਰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਉਵੇਂ ਤਾਂ ਫਿਰ ਤੈਨੂੰ ਪੱਟ ਕੇ ਉਹ ਕਿਹੜੇ ਵੇਲੇ ਦਾ ਲੈ ਜਾਂਦਾ। ਇੱਧਰ ਕਹਿੰਦੇ ਜੌਂਡੀਅਰ ਨੂੰ ਪੱਟ ਕੇ ਲਿਆਇਆ ਲੈਣ ਦੇ ਕੋਲੋਂ, ਜੌਂਡੀਅਰ ਨੇ ਵੀ ਪੱਟਿਆ ਪਰ ਨਹੀਂ, ਗਲੇ ਸੁੱਕਦੇ ਜਾਂਦੇ ਆ, ਪਰ ਆਸ਼ੇ ਦਾ ਜ਼ੋਰ ਨਹੀਂ ਮੁੱਕਦਾ। ਉਹ ਬੱਲੇ 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 ਸਪੈਂਕਰ ਦੇ ਹੌਂਸਲੇ ਬੁਲਾਉਂਦਾ, ਕਹਿੰਦਾ ਅੱਗਾ ਚੁਕਾ ਕੇ ਜਾਣ ਦੇ, ਅੱਗਾ ਚੁਕਾ ਕੇ ਜਾਣ ਦੇ। ਬੱਲੇ 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 ਬੱਲੇ, ਜੇ ਸੰਨੀਆ ਹੁਣ ਨਾੜਾ ਕੁਛ ਕੀਤਾ ਤਾਂ ਤੇਰਾ ਜੌਂਡੀਅਰ ਇਹ ਉਹ ਖੜਾ ਦਿਖੂਗਾ, ਕਿਉਂਕਿ ਨੇੜੇ ਲਾ ਲਿਆ ਸਪੈਂਕਰ, ਸਿਰਾ ਕਰਾਈ ਆਉਂਦਾ। ਰੇਸ ਫੜੀ ਹੋਈ ਆਸ਼ੇ ਨੇ, ਮਸਾਂ ਹੀ ਫੜੀ ਹੈ, ਪਰ ਸਿਰਾ ਕਰਾਈ ਆਉਂਦਾ। ਇੱਕ ਟਾਈਮ 'ਤੇ ਇੱਕ ਕਾਲਾ ਆਸ਼ਾ ਹੁੰਦਾ ਸੀ, ਉਹ ਸਿਰਾ ਕਰਾਉਂਦਾ ਸੀ, ਪਰ ਹੁਣ ਗਰਾਊਂਡਾਂ ਦੇ ਵਿੱਚ ਆਪਾਂ ਨੂੰ ਨਵਾਂ ਆਸ਼ਾ ਟਰੈਕਟਰ ਸਪੈਂਕਰ ਵੱਲੋਂ ਦੇਖਣ ਨੂੰ ਮਿਲ ਰਿਹਾ। ਟੂਰ ਨੇ ਸਪੋਂਸਰ ਕੀਤਾ ਸਪੈਸ਼ਲੀ, ਮੂਹਰੇ ਲਿਖਿਆ ਜਿੱਥੇ ਰੱਖੇ ਰਾ, ਜਿੱਥੇ ਰੱਖ ਲੈ ਲੁਕੋ ਕੇ ਮੈਨੂੰ। ਉਹ ਬੱਲੇ ਬੱਲੇ ਬੱਲੇ, ਉਦੋਂ ਨੂੰ ਕਹਿੰਦੇ ਡਾਇਰੈਕਟਰ ਅੱਗਾ ਚੱਕ ਜਾਂਦਾ, ਪਰ ਕਹਿੰਦੇ ਕੰਮ ਖਰਾਬ ਹੋ ਗਿਆ, ਆਸ਼ੇ ਦੀ ਰੇਸ ਜੀ ਫਿਰ ਟੁੱਟੀ ਹੈ। ਲਓ ਵੀ ਮਿੱਤਰੋ ਦੁਬਾਰਾ ਜ਼ੋਰ ਮਾਰਦਾ ਹੋਇਆ ਨਜ਼ਰ ਆ ਰਿਹਾ ਮੈਨੂੰ ਗਰਾਊਂਡ ਦੇ ਵਿੱਚ ਸਪੈਂਕਰਾ,
ਤੇਰਾ ਇੰਟਰਵਿਊ ਸਪੈਸ਼ਲ ਮੁੰਡਿਆਂ ਨੇ ਲੈਣਾ, ਯੂਟਿਊਬਰ ਜਿਹੜੇ ਬਾਹਰ ਖੜੇ ਆ। ਬੱਲੇ 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 ਮਾਰ ਜ਼ੋਰ ਸੰਨੀਆ, ਫੇਰ ਤੂੰ ਕਹੇਗਾ ਕਿ ਕੁੱਤੀ ਚੋਰਾਂ ਨਾਲ ਰਲ ਗਈ, ਫੇਰ ਕਹੇਗਾ ਰੋਲਾ ਨਾਲ ਰਲ ਗਈ, ਐਵੇਂ ਰਲੀ ਆ ਤੂੰ ਰੇਸ ਦੇ, ਤੂੰ ਸਲੋ ਰੇਸਾਂ ਦੇ ਗੇਮਾਂ ਖੇਡੀ ਜਾਂਦਾ ਮਾੜਾ ਜਿਹਾ ਮਰਾ ਫਰਾਟਾ ਕੱਢ ਤੂੰ ਆ ਸਲੰਸਰ ਵਿੱਚ ਦੀ ਕਾਰੇ ਨੂੰ ਨਾਲ, ਤੇਲ ਬਚਾ ਕੇ ਕਿੱਥੇ ਲੈ ਜਾਏਗਾ ਜੇ ਮੋਛੀ ਵੱਢੀ ਗਈ। ਇੱਧਰ ਕਹਿੰਦੇ ਜ਼ਮੈਂਕਰ ਵੀ ਜ਼ਰਾ ਕਰਾਈ ਆਉਂਦਾ, ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ, ਲਾਦਾ ਨੇੜੇ ਲਾਦਾ ਨੇੜੇ, ਫੁੱਟਕ ਦੀ ਗੱਲ ਰਹਿ ਗਈ ਜੇ ਇੱਥੋਂ ਖਿੱਚੇ ਨਾ ਸੰਨੀਆਂ, ਜੇ ਇੱਥੋਂ ਖਿੱਚੇ ਤਾਂ ਗੱਲਬਾਤ ਇੰਟ ਹੋਣੀ ਹੈ। ਕਿਆ ਬਾਤ ਹੈ ਸਪੈਂਕਰ ਨੇ ਫਿਰਾ ਕਰਾਤਾ ਬਾਈ, ਓਏ ਫਿਰਾ ਕਰਾਤਾ ਮਿੱਤਰੋ, ਫਿਰਾ ਕਰਾਤਾ ਜਮਾ ਸਹੀ ਆ। ਮੈਨੂੰ ਲੱਗਦਾ ਮਿੱਤਰੋ ਆਪਣੇ ਨਾਲ ਨਾ ਹੁਣ ਕਲੋੜ ਹੋਣੀ ਆ। ਤਿਆਰ ਆ ਬਾਈ ਤਿਆਰ ਆ, ਫਸਮਾ ਮੈਚ ਆ ਮਿੱਤਰੋ ਪੂਰਾ। ਤਿੰਨ ਦੋ ਇੱਕ ਕਹਿੰਦੇ ਆ ਕੀ ਹੋ ਗਿਆ, ਆ ਕੀ ਹੋ ਗਿਆ, ਆ ਤਾਂ ਮਿੱਤਰੋ ਕਹਿੰਦੇ ਬਾਈ ਸੀ 95 ਦਮਾੜ ਨਾਲ ਟੱਕਾ ਹੋ ਗਿਆ 855 ਰੋਕ ਲੈ ਰੋਕ ਲੈ ਰੋਕ, ਮੈਂ ਤਿਆਰ ਆ ਬਾਈ ਦੂਜਾ ਰਾਊਂਡ ਮਿੱਤਰੋ, ਹੁਣ ਤਾਂ ਡਰ ਜਿਹਾ ਲੱਗੀ ਜਾਂਦਾ, ਮੈਂ ਵੀ ਤਿਆਰ ਆ। ਤਿੰਨ ਦੋ ਇੱਕ ਹਾਏ 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 ਓਏ, ਜ਼ੋਰ ਮਾਰਦਾ ਜ਼ੋਰ ਮਾਰਦਾ, ਹਾਏ ਓਏ ਮੇਲਦਾ ਮਿੱਟੀ ਪਰ ਜਾਂਦਾ ਨਹੀਂ, ਹਾਂ ਉੱਪਰ ਹੀ ਨਹੀਂ ਦਿੱਤਾ, ਹਾਏ ਓਏ ਲੈ ਗਿਆ ਹਰ ਬਣ ਓਏ। ਲਓ ਵੀ ਮਿੱਤਰੋ ਹੁਣ ਮੁਕਾਬਲਾ ਹੈ ਨਿਊ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ ਸਪੈਂਕਰ ਵਾਲਾ, ਅਤੇ ਕਹਿੰਦੇ ਇੱਧਰ 65 ਬਾਈ ਆ, ਅੱਜ ਸਾਨੂੰ ਸੰਨੀ ਨੇ ਸਹੀ ਦੱਸਿਆ ਕਿ 65 ਬਾਈ ਆ ਇਹ, ਕਿਆ ਬਾਤ ਹੈ ਤਿਆਰ ਬਾਰ ਤਿਆਰ ਹੈ ਸੈਟੋ ਜਮਾਂ ਸੈਂਟਰ ਵੀ ਆ ਬਾਈ, ਕਿਆ ਬਾਤ ਹੈ। ਤਿੰਨ ਦੋ ਇੱਕ ਬੱਲੇ 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 ਬੱਲੇ, ਸੰਨੀ ਦਾ ਵੀ ਕਹਿੰਦੇ ਜ਼ੋਰ ਲੱਗ ਗਿਆ, ਟ੍ਰੈਕਟਰ ਨੇ ਮੂੰਹ ਚੱਕਿਆ, ਸਪਾਈਕਰ ਵੀ ਕਹਿੰਦੇ ਘੱਟ ਨਹੀਂ ਥੋੜ੍ਹਾ ਸਲੋ ਰੋਸਾਂ ਦੇ ਗੇਮ ਖੇਡਦਾ ਪਰ ਸਿਰਾ ਕਰਾਈ ਆਉਂਦਾ ਹੈ, ਸੰਨੀਆ ਕਰੇਗਾ ਕੁਛ ਕੇ ਨਹੀਂ। ਸੰਨੀ ਕਹਿੰਦਾ ਮਿਸ਼ਲਨ ਦੇ ਪਾਏ ਵੇ ਆ ਟਾਇਰ, ਇੱਧਰਲੇ ਪਾਸੇ ਕਹਿੰਦੇ ਗਰਾਈਂਡਰ ਮਾਰਿਆ ਵਾ ਕਿਸੇ ਨੂੰ, ਕੰਪਨੀ ਦੇ ਨੰਬਰ ਨਾ ਪਤਾ ਲੱਗ ਜੇ, ਕਿਆ ਬਾਤ ਹੈ। ਸੰਨੀ ਉੱਧਰੋਂ ਜ਼ੋਰ ਲਵਾਈ ਆਉਂਦਾ, ਇੱਧਰੋਂ ਸਪੈਂਕਰ, ਜੇ ਮੈਂ ਹੁਣ ਸੰਨੀ ਦੀ ਤਾਰੀਫ ਕਰਤੀ ਤਾਂ ਸਪੈਂਕਰ ਨੇ ਕਹਿਣਾ ਕੁੱਤੀ ਚੋਰਾਂ ਨਾਲ ਰਲ ਗਈ ਹੈ। ਕਹਿੰਦੇ ਕਿਆ ਬਾਤ ਹੈ, ਲੱਗਦਾ ਫੌਲ 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 ਬੰਨੀ ਵਧੀ ਜਾਂਦਾ ਸੰਨੀ ਸੰਨੀ ਫੌਲ, ਹਾਏ 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 ਹਾਏ, ਨਹੀਂ 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 ਨਹੀਂ, ਸੰਨੀ ਦੀ ਪੂਰੀ ਕੋਸ਼ਿਸ਼ ਹੈ ਪੂਰੀ, ਸੰਨੀ ਨਹੀਂ ਸੰਨੀ ਫੌਲ ਹੋ ਗਈ, ਸੰਨੀ ਫੌਲ ਹੋ ਗਈ, ਆਜੇ ਨਹੀਂ ਸੰਨੀ ਹੋ ਗਿਆ ਬਾਈ, ਹੋ ਗਿਆ ਬਾਈ ਹੋ ਗਿਆ ਹੋ ਗਿਆ, ਪੂਰਾ ਸੱਜਾ ਟੈ ਦੋਨੇ ਟੈਰ ਟਪਾਉਣੇ ਸੀ ਨਾ ਸਿੱਧੇ, ਇਹ ਫੌਲ ਹੋਇਆ, ਦੁਬਾਰਾ ਲਾ ਲਓ ਵਿਚਾਲੇ ਕਰਕੇ, ਵਾਹ ਜਮਾਂ ਉੱਕਿਆ। ਤਿੰਨ ਦੋ ਇੱਕ ਲਾਊ ਮਿੱਤਰੋ ਦੁਬਾਰਾ ਛੱਡਦੇ ਟਰੈਕਟਰ ਮੁੰਡਿਆਂ ਨੇ ਕਰੜੇ ਕਰਕੇ, ਸਪੈਂਕਰ ਕਹਿੰਦਾ ਪਤਾ ਨਹੀਂ ਕਿਹੜਾ ਗੇਅਰ ਲਾ ਲਿਆ, ਸੰਨੀ ਪਲਟਾਉਣ ਆ ਲਈ ਓਏ, ਸੰਨੀ ਪਲਟਾਉਣ ਆ ਲਈ ਸਪੈਂਕਰ, ਇਹ ਆਓ ਚੱਕ ਪਲਟਾਉਣ ਤੋਂ ਲੈ ਕੇ ਜਾਂਦਾ
ਕੀ ਕਰਨਾ ਤੁਸੀਂ ਹਾਂ ਚੱਲ ਇਹਨੂੰ ਆਪਾਂ ਸਪੈਸ਼ਲ ਨਾਮ ਦੇ ਦਾਂਗੇ, ਸਨਮਾਨਿਤ ਕਰ ਦਾਂਗੇ ਨਾਟਕਾਰਾਂ ਨੂੰ, ਐਵੇਂ ਨੁਕਸਾਨ ਹੋ ਜੂਗਾ ਕੋਈ ਵਾਲਾ ਲਾਲਾ ਸਪੈਕਟ। ਓਏ ਮੇਰੀ ਗੱਲ ਸੁਣ ਬਈ, ਮੇਰੀ ਗੱਲ ਸੁਣ, ਨਾਟਕਾਰਾਂ ਨੂੰ ਉਹ 65 ਨੂੰ ਡਿਸਕੁਆਲੀਫਾਈ ਕਰ ਦਿੰਦੇ, ਇੱਕ ਟਰੈਕਟਰ ਆਪਣੇ ਕੋਲ ਵੱਧ ਆ ਅਰਜਨ, ਉਹ ਚਲਾ ਲਾ ਤੂੰ ਉਹਦੀ ਥਾਂ 'ਤੇ। ਮੈਂ ਤਾਂ ਆਹੀ ਚਲਾਉਂਦਾ। ਹਾਂ ਹਾਂ ਇਹਦਾ ਮੁਕਾਬਲਾ ਹੋਊਗਾ ਬਈ, ਇਹਦਾ ਹੀ ਮੁਕਾਬਲਾ ਅਰਜਨ ਨਾਲ ਹੁਣ ਲੱਗੂ ਤੈਨੂੰ ਪਤਾ। ਲਓ ਵੀ ਮਿੱਤਰੋ ਤਿਆਰ ਬਰ ਤਿਆਰ ਖੜੇ ਨੇ, ਇੱਕ ਪਾਸੇ ਅਰਜਨ 605 ਅਤੇ ਇੱਕ ਪਾਸੇ 3630, ਕਿਆ ਵਾਤ ਹੈ, ਦੇ ਲਓ ਰੇਸਾਂ ਮਿੱਤਰੋ। ਓ ਬਸ 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 ਬਸ, ਹੁੱਕਾਂ ਵੀ ਬਰਾਬਰ ਆ, ਟਾਇਰ ਵੀ ਇੱਕੋ ਜਿਹੇ ਆ, 3 2 1, ਇਹ ਬੱਲੇ ਕਿਆ ਬਾਤ ਹੈ ਹੋਲੈਂਡ ਆ, ਕਿਆ ਬਾਤ ਹੈ ਹੋਲੈਂਡ ਆ, ਕਿਹੜਾ ਗੇਅਰ ਲਾਈ ਜਾਂਦਾ ਹੋਲੈਂਡ ਵਾਲਿਆ, ਮਾੜਾ ਜਿਹਾ ਝਾਤੀ ਦਾ ਪਵਾ ਦੇ ਸਾਨੂੰ। ਓ ਤੇਰੀ, ਓ ਤੇਰਾ ਕਿਹੜਾ ਸੀ ਓਏ, ਹਾਏ ਓਏ ਜਿੱਤ ਗਿਆ, ਪਾਸੇ ਬਦਲ ਲਓ ਬਾਈ। ਮਿੱਤਰੋ ਦੂਜਾ ਰਾਊਂਡ ਲਈ ਤਿਆਰ ਬਰ ਤਿਆਰ, ਦੇਖਦੇ ਆ 36 ਨਾਲ ਕੀ ਮੰਨਦਾ ਅਰਜਨ ਵਾਲਾ, ਲੱਗਦਾ ਕੋਈ ਭੇਦ ਪਾਊਗਾ। 3 2 1, ਇਹ ਕਹਿੰਦੇ ਕਿੱਥੇ ਦੱਬ ਗਿਆ ਬਾਈ, ਲੱਗਦਾ ਗਲਗੂਠਾ ਵੱਡਾ ਦੇਤਾ ਅਰਜਨ ਵਾਲੇ ਨੇ, ਪਰ ਕਹਿੰਦੇ ਹੋਲੈਂਡ ਦੱਬਦਾ ਹੀ ਨਹੀਂ ਪਿਆ, ਕਹਿੰਦੇ ਕੰਮ ਕਿਹੜੇ ਮਿਸਤਰੀ ਤੋਂ ਕਰਾਇਆ ਇਹਦਾ ਕਿ ਆਪ ਹੀ ਘਰੇ ਖੋਲਿਆ ਸੀ। ਆਏ ਹਾਏ ਆਏ ਹਾਏ, ਖੂਬ ਛੱਕ ਗਿਆ ਮਿੱਤਰੋ, ਸਲੋ ਰੇਸ ਕਰਤੀ ਕਿ ਲੈ ਮੌਕਾ ਦੇ ਦਈਏ, ਇੱਧਰ ਵੀ ਵੇਖੋ ਪਰ ਕਹਿੰਦੇ ਟਾਇਰਾਂ 'ਚੋਂ ਨਿਕਲਦੀ ਅੱਗ, ਵੇਖੋ ਮਾਰਦਾ ਸਲੈਪ ਸਪੈਂਕਰ, ਆ ਜੇ ਮਾੜੀ ਜਿਹੀ ਰੇਸ ਦੇ ਦੇ ਤਾਂ ਮਾੜੇ ਜਿਹੇ ਨਾਲ ਟੱਪ ਜੂ ਤੇਰਾ ਟਰੈਕਟਰ। ਇਹ ਆਓ ਜੱਕ, ਹਾਏ ਓਏ ਕਿਆ ਬਾਤ ਹੈ। ਲਓ ਵੀ ਮਿੱਤਰੋ ਹੁਣ ਮੁਕਾਬਲਾ ਚਾਹੁੰਦੀ ਹੈ V8, ਇੱਕ ਪਾਸੇ 575 ਪੂਰਾ ਨਾਮੀ ਟਰੈਕਟਰ, ਆ ਕਿਆ ਬਾਤ ਹੈ, ਸੰਤਾਂ ਦੀ ਫੋਟੋ ਲੱਗੀ ਹੈ, ਸਿਰਾ ਲੱਗਦਾ ਪਿਆ। ਅਤੇ ਸਪੈਂਕਰਾਂ ਤੂੰ ਨਹੀਂ ਚਲਾਉਣਾ ਬਈ, ਮੈਂ ਹੀ ਚਲਾਉਣਾ, ਇਹ ਮੇਰੇ ਟਰੈਕਟਰ ਸੀ। ਕਮੇਟੀ ਵਾਲਿਆਂ ਕਮੈਂਟਰੀ ਆਹ ਸੱਤੇ ਵੀਰ, ਆ ਮਾਈਕ ਫੜ, ਤੂੰ ਲਗਾਤਾਰ ਜਿੱਤ ਲਏ 2 ਮੈਚ ਦੇ, ਹੁਣ ਤੂੰ ਖੂਬ ਛੱਕੀ ਫਿਰਦਾ। ਠੀਕ ਆ ਬਈ, ਠੀਕ ਹੈ ਠੀਕ ਹੈ, 3 ਮੈਚ ਮਿੱਤਰੋ ਸਪੀਕਰ ਨੇ ਜਿੱਤੇ ਆ। ਠੀਕ ਆ ਠੀਕ ਆ, ਰੈਡੀ ਆ ਗਿਣ ਤੂੰ। ਹੈਂ, ਸਾਨੂੰ ਲੱਗਿਆ ਕਿਤੇ ਤੇਰੀ ਆਵਾਜ਼ ਦੱਬ ਗਈ। ਗਰੈਪੜੀ ਬਾਂਦੀ ਮਿੱਤਰਾਂ ਸਾਹਮਣੇ ਮਿੱਤਰੋ, ਜਾਂਦੀ ਅੱਧੀ ਆਪਣੇ ਵਾਲੇ ਦੀ। ਆਇਰਨ ਮੈਨ ਦਾ ਪਹਿਲਾ ਮੈਚ ਆ ਜਿਹੜਾ ਜਿੱਤਿਆ, ਆਪਾਂ ਤਾਂ ਪਹਿਲਾਂ 2 ਜਿੱਤ ਕੇ ਬੈਠੇ ਆ ਮਿੱਤਰੋ, ਕਿਆ ਬਾਤ ਹੈ। ਸੰਨੀ ਮੇਰਾ ਤੈਨੂੰ ਜੇਤੂ ਬਾਈ, ਇਹ ਸੰਨੀ ਨੂੰ ਆ ਜੇਤੂ ਦੇ ਦਾ ਮੈਚ ਹੀ ਪੂਰਾ। ਆਹ ਟਰੈਕਟਰ ਹੁਣ ਮਿੱਤਰੋ ਮਾੜੀ ਡਿਸਕਸ਼ਨ ਕਰਦੇ ਪਏ ਆ, ਆਹ ਜਿਹੜੇ 6 ਟਰੈਕਟਰ ਆ, ਇਹਨਾਂ 'ਚੋਂ 3 ਟਰੈਕਟਰ ਜਾਣੇ ਆ ਪਹਿਲੇ ਦੂਜੇ ਤੀਜੇ ਲਈ, ਇਹਨਾਂ ਦਾ ਕਿਹੜੇ ਦਾ ਕਿਹਦੇ ਨਾਲ ਮੁਕਾਬਲਾ ਕਰਾਈਏ, ਇਹ ਸੰਨੀ ਦੱਸੂਗਾ। ਦੱਸ ਫਿਰ ਕਿਹੜੇ ਟਰੈਕਟਰ ਕਿਵੇਂ। ਮੈਂ ਤੈਨੂੰ ਦੱਸਦਾ, ਆਸ਼ੇ ਦੀ ਕਰਦੇ ਪਾਕਿਸਤਾਨੀ ਨਾਲ, ਠੀਕ ਆ। ਆਸ਼ੇ ਦਾ ਪਾਕਿਸਤਾਨੀ ਨਾਲ, ਜਾਂ ਪਾਕਿਸਤਾਨੀ ਨਾਲ, ਜਾਂ 575 ਨਾਲ। ਨਹੀਂ ਨਹੀਂ, ਜਿਹੜਾ ਹੁਣ ਤੂੰ ਕਹਿਤਾ ਇਹ ਫਾਈਨਲ ਆ, ਇਹ ਫਾਈਨਲ ਆ, ਠੀਕ ਆ, ਇਹ ਫਾਈਨਲ ਆ। ਬਸ ਫਿਰ ਆਸ਼ਾ ਹੋ ਗਿਆ ਪਾਕਿਸਤਾਨੀ, ਨਿਊ ਹੋਲੈਂਡ ਹੋ ਗਿਆ ਇਹਦੇ ਨਾਲ ਮਿੰਦਰਾ, ਠੀਕ ਆ। ਤੇ 855 ਵਰਸੀ 855 ਬਸ, ਠੀਕ ਆ। ਚਲੋ ਬਈ, ਪਹਿਲਾਂ ਪਾਕਿਸਤਾਨੀ ਤੋਂ ਸ਼ੁਰੂ ਕਰਦੇ ਹਾਂ, ਆ ਜਾਓ ਫਿਰ ਮਿੱਤਰੋ, ਦੂਜਾ ਰਾਊਂਡ ਸ਼ੁਰੂ ਹੋ ਗਿਆ।
ਕਿਆ ਬਾਤ ਹੈ, ਸਿਰਾ ਹੋ ਗਿਆ ਸਰਵਰ ਤਿਆਰ ਆ ਪਹਿਲਾ ਹੀ ਮੈਚ ਮਿੱਤਰੋ ਦੂਜੇ ਤੀਜੇ ਰਾਊਂਡ ਦਾ ਤੇਰੇ ਕੱਚੇ ਟ੍ਰੈਕਟਰਾਂ ਨਾਲ ਵੇਚੇ ਪੈਂਦੇ ਸੀ ਦੇਖ ਫਿਰ ਚੱਕਦਾ ਅੱਗਾ ਲੱਗਦਾ ਉਹ ਬੱਲੇ ਲੈਣ ਤੇ ਲੈ ਬਾਈ ਹੁਣ ਤਾਂ ਸੰਨੀ ਦੇਖ ਲੈ ਬਈ ਸਹੀ ਆ ਸਹੀ ਆ ਸਹੀ ਆ ਲਓ ਮਿੱਤਰੋ ਤਿਆਰ ਬਰ ਤਿਆਰ ਦੇਖਦੇ ਆ ਕੀ ਬਣਦਾ ਪਿਛਲੀ ਵਾਰੀ ਗੇਅਰ ਹੋਰ ਲਾਇਆ ਸੀ ਇਸ ਵਾਰੀ ਹੋਰ ਟਰਾਈ ਕਰਦੇ ਆ ਤਿਆਰ ਆ ਬਾਈ ਬੱਲੇ ਕਹਿੰਦੇ ਕਿਆ ਬਾਤ ਹੈ ਚੱਕਰ ਸਲੋ ਦੀ ਗੇਮ ਖੇਡਣੀ ਆ ਕਿਉਂਕਿ ਟਾਵਰ ਨਾਲ ਬਹਿਣਾ ਕਹਿੰਦੇ ਕਿਆ ਬਾਤ ਹੈ ਇੱਟਾਂ ਵਾਲੀ ਟਰਾਲੀ ਦੇ ਵਿੱਚ ਬੋਕਰ ਕਰ ਦੇਣੇ ਮਾਰਤੀ ਬੈਂਕਰ ਨੇ ਹੁਣ ਕਰਤਾ ਹੈ ਕਿਆ ਬਾਤ ਹੈ ਜਮਾ ਚੋਕ ਰੇਸ ਕਰਤੀ ਦੇਖਦੇ ਆ ਕੀ ਬਣਦਾ ਜੇ ਆਸ਼ੇ ਨੇ ਤੋਰ ਲੈਣਾ ਸਿਰਾ ਹੋਜੂ ਯਾਰ ਆਸ਼ੇ ਨੇ ਜੇ ਤੋਰ ਹੁਣ ਨੀ ਬਾਹਲਾ ਟਾਈਮ ਨਹੀਂ ਸੀ ਬੈਂਕਰ ਥੋੜ੍ਹਾ ਟਾਈਮ ਹੀ ਦਿੰਦੇ ਹੁੰਦੇ ਅਸੀਂ ਮਾੜੀ ਮੋਟੀ ਗੱਲ ਨਹੀਂ ਹੁਣ ਪੱਟਾਂਗੇ ਇਹਨੂੰ ਹੁਣ ਪੱਟਾਂਗੇ ਹੁਣ ਪੱਟਾਂਗੇ ਬੱਚਿਆਂ ਨੂੰ ਕਰਕੇ ਕਿਆ ਬਾਤ ਹੈ ਬੈਂਕਰ ਤੂੰ ਵੀ ਖਿੱਚ ਲੈ ਕੇ ਸਾਡਾ ਹਾਂ ਲਾਈਟਾਂ ਜਗਦੀਆਂ ਬੈਂਕਰ ਤੇਰੀਆਂ ਆਓ ਬੱਲੇ ਤੇਰਾ ਰੇਸ ਵਾਲਾ ਜਗਾੜ ਮੈਂ ਖਰਾਬ ਆ ਤੇਰਾ ਬੈਂਕਰ ਤੈਨੂੰ ਰੇਸ ਛੱਡ ਕੇ ਨਾ ਤੈਨੂੰ ਦੱਸਿਆ ਸੀ ਕਿਵੇਂ ਛੱਡਣੀ ਆ ਹਾਏ ਓਏ ਕਿਆ ਬਾਤ ਹੈ ਕਹਿੰਦੇ ਸ਼ਰੀਕ ਬਣਿਆ ਫਿਰਦਾ ਅੱਜ ਤਾਂ ਭਰਾ ਵੀ ਕਿਆ ਬਾਤ ਹੈ ਜਮਾ ਲੈਣ ਤੇ ਖੜੇ ਆ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਓ ਬੱਲੇ ਬੱਲੇ ਐਂਚੀਕ ਦੇ ਕੰਮ ਵੀਰ ਗਿਆ ਮਿੱਤਰੋ ਰੇਸ ਪੂਰੀ ਫੜ ਲਈ ਹੈ ਕਹਿੰਦੇ ਸਪੀਕਰ ਵਾਲੇ ਨੇ ਵੀ ਇਹਦਾ ਹੁਣ ਰੈਫਰੀ ਤੇ ਹੈ ਜੇ ਤੂੰ ਦਊ ਕਿ ਨਹੀਂ ਜੇ ਤੂੰ ਦਊ ਕਿ ਨਹੀਂ ਜੇ ਤੂੰ ਦਊ ਕਿ ਨਹੀਂ ਅਜੇ ਤਾਂ ਕੰਮ ਵੀ ਰਿਹਾ ਪਿਆ ਇਹ ਤਾਂ ਕੰਮ ਮਿੱਤਰੋ ਵੀਰ ਗਿਆ ਜਮਾਂ ਲੈਣ ਤੇ ਖੜਾ ਜੇ ਕਿਤੇ ਇੰਨਾ ਕੁ ਗਾਂਹ ਹੋਰ ਤੁਰ ਜੇ ਨਾ ਸਿਰਾ ਹੋਊਗਾ ਸਿਰਾ ਹੋਊਗਾ ਓ ਬੱਲੇ 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 ਤੋਰ 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 ਮਗਰ ਨੂੰ ਹੋਣਾ ਪੈਣਾ ਮਿੱਤਰੋ ਆਓ ਕਿਆ ਬਾਤ ਹੈ ਬਾਈ ਆਸ਼ਾ ਮਾੜਾ ਜਿਹਾ ਨਾ ਤੁਸੀਂ ਲਾ ਆਓ ਬਾਹਰ ਹੈ ਲਓ ਵੀ ਮਿੱਤਰੋ ਪਹਿਲੇ ਦੂਜੇ ਤੀਜੇ ਇਹ ਆਓ ਵੇ ਆਓ ਵੇ ਆਓ ਵੇ ਐਂ ਭੰਨੂਗਾ ਮੈਨੂੰ ਲੱਗਦਾ ਇੱਟਾਂ ਵਾਸਤੇ ਵੀ ਨਹੀਂ ਬਚਣਾ ਇਹ ਲਓ ਵੀ ਮਿੱਤਰੋ ਹੋਣ ਵਾਲਾ ਜਿਹੜਾ ਮੁਕਾਬਲਾ ਹੋਣਾ ਸੰਨੀ ਦਾ 575 ਦੇ ਦੂਜੇ ਪਾਸੇ ਹਾਲੈਂਡ 36 ਸਪੈਸ਼ਲ ਐਡੀਸ਼ਨ ਕਿਆ ਬਾਤ ਹੈ ਹੁੱਕਾਂ ਸੇਮ ਹੈ ਟਾਇਰ ਸੇਮ ਹੈ ਕਿਆ ਬਾਤ ਹੈ ਆਹ ਹੋਊਗਾ ਫਸਮਾਂ ਮੁਕਾਬਲਾ ਤਿਆਰ ਹੋ ਮਿੱਤਰੋ 3 2 1 ਕਹਿੰਦੇ ਕੀ ਹੋ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਮਿੱਤਰੋ ਮੈਨੂੰ ਲੱਗਦਾ ਕੰਮ ਕਲੋਡਲ ਹੋ ਗਿਆ ਸੰਨੀ ਖਿੱਚੀ ਆਉਂਦਾ ਟੀਆਂ ਮਾਰਦਾ
ਟੀ ਮਾਰਦਾ ਆਉਂਦਾ ਸਪਾਈਕਰਾ ਕਰ ਕੁਛ ਹੁਣ ਨੀ ਪਾਉਂਦਾ ਦੂਜਾ ਹਈ ਕਿਆ ਬਾਤ ਹੈ ਮਿੱਤਰੋ ਡਾਟ ਕਢਾਇਆ ਪਿਆ ਪੂਰਾ ਸਲਾਂਸਰਾਂ ਦੇ ਵਿੱਚੋਂ ਦੇਖ ਅੱਗ ਨਿਕਲਦੀ ਚੁੱਕ ਅੱਡੀਆਂ ਦੇਖ ਮਟਿਆਰੇ ਸਲਾਂਸਰਾਂ ਚੋਂ ਅੱਗ ਨਿਕਲਦੀ ਇੱਧਰ ਵੀ ਕਹਿੰਦੇ ਉੱਤੇ ਸੰਤਾਂ ਦਾ ਹੱਥ ਹੈ ਮੁੰਡੇ ਦੇ ਟੈਂਟ ਦੇ ਵਿੱਚ ਮੈਨੂੰ ਲੱਗਦਾ ਹੈ ਪਤਾ ਨਹੀਂ ਕੀ ਖਾ ਕੇ ਆਇਆ ਮਿੱਤਰੋ ਲਓ ਵੀ ਮਿੱਤਰੋ ਲਾ ਤਾ ਸਿਰੇ ਲਓ ਵੀ ਮਿੱਤਰੋ ਤਿਆਰ ਬਰ ਤਿਆਰ ਹੋ ਇੱਥੇ ਰੱਖ ਰੇਸਾ ਤੋਂ ਹੀ ਪਤਾ ਲੱਗ ਜਾਂਦਾ ਕਿ ਤਿਆਰ ਆ 3-2-1 ਲਓ ਵੀ ਮਿੱਤਰੋ ਖਿੱਚੋ ਕਹਿੰਦਾ ਕੀ ਬਣਦਾ ਸੰਨੀ ਨੇ ਵੀ ਜ਼ੋਰ ਲਾਇਆ ਉੱਧਰੋਂ ਸਪਾਈਕਰ ਨੇ ਵੀ ਜ਼ੋਰ ਲਾਇਆ ਸਪਾਈਕਰ ਆ 3 ਟਰੈਕਟਰ ਸੀ ਕਿਸੇ ਟਾਈਮ ਤੇਰੇ ਗਾਂ ਹੁਣ ਮੈਨੂੰ ਲੱਗਦਾ ਇੱਕ ਤਾਂ ਬਾਹਰ ਹੋ ਗਿਆ ਅਤੇ ਦੂਜਾ ਵੀ ਮੈਨੂੰ ਬਾਹਰ ਜਾਂਦਾ ਦੀਂਦਾ ਤੀਜਾ ਤੂੰ ਆਪ ਚਲਾਏਗਾ ਕਿ ਸੰਨੀ ਚਲਾਊਗਾ ਓ ਵੇ ਕਹਿੰਦਾ ਦੋ ਹਰਾ ਦੇ ਤੀਜਾ ਨਹੀਂ ਹਰਾਉਣਾ ਸੰਨੀ ਕਹਿੰਦੇ ਆਪਦਾ ਟਰੈਕਟਰ ਲੈ ਗਿਆ 21 ਟਰੈਕਟਰ ਸੀ ਸੰਨੀ ਦਾ ਅਤੇ ਉਹ ਵੀ ਸਿਰੇ ਲਿਜਾਂਦਾ ਮੈਨੂੰ ਜਾਂਦਾ ਦੀਂਦਾ ਲੈ ਗਿਆ ਨੇੜੇ ਕਿਆ ਬਾਤ ਹੈ ਮਾਰ ਮੜਾਇਆ ਰੇਤ ਨੂੰ ਹੋਰ ਹੱਥ ਚੱਕ ਬਈ ਜਗਾੜੂ ਪਾਈ ਵੀ ਆ ਮੁੰਡੇ ਨੇ ਕਿਉਂਕਿ ਹੁੱਕਾਂ ਜਗਾੜੂ ਅਲਾਊ ਸੀ ਬਸ 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 ਇਹਨਾਂ ਦਾ ਮੈਨੂੰ ਵੀ ਦੀਦਾ ਓ ਬੱਲੇ ਕਿਹੜੇ ਗੇਅਰ ਚ ਖੇਡੀ ਜਾਂਦਾ ਪਹਿਲੇ 3 ਟੌਪ 3 ਦੇ ਵਿੱਚ ਜਾਣ ਦੇ ਵਿੱਚ ਪੂਰੇ ਪੂਰੇ ਨੇੜੇ ਹੈ ਜਿਹੜਾ ਹਾਰ ਗਿਆ ਉਹ ਤੀਜਾ ਹੈ ਤੁਹਾਡੇ ਕਹਿੰਦਾ ਮਤਲਬ 855 ਸਿੱਧਾ ਦੂਜਾ ਲੈ ਜੇ ਹੁਣ ਆਪਣੇ ਟ੍ਰੈਕਟਰ ਤਿੰਨੇ ਤੀਜੇ ਨੰਬਰ ਤੇ ਆ ਸਮਝੋ ਹੁਣ ਇਹਨਾਂ ਚੋਂ ਆਪਾਂ ਇੱਕ ਦੂਜਾ ਕੱਢਣਾ ਇੱਕ ਪਹਿਲਾ ਕੱਢਣਾ ਉਹ ਤਾਂ ਪਤਾ ਹੀ ਆ ਜ਼ੋਰ ਵਾਲਾ ਹੈਗਾ ਠੀਕ ਹੈ ਹੁਣ ਇਹਨਾਂ ਦੋਹਾਂ 'ਚ ਪਤਾ ਲੱਗੂਗਾ ਨਾ ਜ਼ੋਰ ਕਿਹੜਾ ਉਹਦੇ ਬਰਾਬਰ ਕਿਹੜਾ ਰਲਦਾ ਹਾਂ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਹਾਂ ਮਤਲਬ ਉਹਨੂੰ ਸੋ ਇਹਨਾਂ ਦੋਹਾਂ ਦਾ ਪਹਿਲਾ ਕਰਾ ਦਿੰਦੇ ਉਹਨੂੰ ਜਿਹੜਾ ਇਹਨਾਂ 'ਚੋਂ ਜਿੱਤੂਗਾ ਉਹ ਡਾਇਨਾਸੌਰ ਨਾਲ ਲੜੂਗਾ ਠੀਕ ਆ ਡਾਇਨਾਸੌਰ ਨਾਲ ਹਾਂ ਤੇ ਜਿਹੜਾ ਫਿਰ ਜਿੱਤੂਗਾ ਉਹ ਪਹਿਲੇ ਤੇ ਜਿਹੜਾ ਇਹਨਾਂ 'ਚੋਂ ਹਾਰੂਗਾ ਦੋਨਾਂ 'ਚੋਂ ਤੀਜੇ ਤੇ ਠੀਕ ਆ ਜਿਹੜਾ ਜਿੱਤੂਗਾ ਦੂਜੇ ਤੇ ਮਤਲਬ ਜੋ ਵੀ ਹੈ ਉਹ ਪਹਿਲਾਂ ਦੂਜਾ ਬਾਅਦ 'ਚ ਵੇਖਾਂਗੇ ਇਹਨੂੰ ਬਾਹਰ ਕਰਦਾ ਫਿਰ ਮੈਂ ਟਰੈਕ 'ਚੋਂ ਲਓ ਵੀ ਮਿੱਤਰੋ ਕਮੇਟੀ ਨੇ ਆਏ ਡਿਸਾਈਡ ਕੀਤਾ ਹਾਂ ਹਾਂ ਨੰਬਰ 3 ਤੇ ਤਾਂ ਹੈਗਾ ਹੀ ਆ ਜਿਹੜਾ ਹਾਰੂਗਾ ਉਹ ਤੀਜੇ ਤੇ ਜਾਵੜੂ ਹੋਣ ਵਾਲੀ ਰੇਸ 'ਚੋਂ ਜਿਹੜਾ ਅਗਲੀ ਰੇਸ 'ਚ ਜਿੱਤੂਗਾ ਉਹ ਪਹਿਲੇ ਤੇ ਜਾਵੜੂ ਡਾਇਨਾਸੌਰ ਦੂਜੇ ਤੇ ਆ ਆਲਮੋਸਟ ਡਾਇਨਾਸੌਰ ਦੂਜੇ ਤੇ ਆ ਦੋਨੇ ਤੀਜੇ ਤੇ ਆ ਹਾਂ
ਲਓ ਵੀ ਮਿੱਤਰੋ ਸੰਨੀ ਵਰਸੀ ਤੇ ਫਿਰ ਮੈਂ ਹੋ ਗਿਆ ਬਾਈ ਯਾਰ। ਸੰਨੀ ਆਪਣਾ ਬਾਲਾ ਪੈਂਦਾ ਵੇਚਾ ਬੈਂਕਰ ਦੇ ਉੱਤੇ ਚੜਾਦਾ ਹਾਏ ਓਏ ਆਹਦਾ ਮਿੱਤਰੋ ਬਾਲਾ ਹੀ ਮਤਲਬ ਨਾ ਹਾਏ 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 ਆ ਮਿੱਤਰੋ ਆ ਗਿਆ ਤੀਜੇ ਨੰਬਰ ਤੇ ਕਿਆ ਬਾਤ ਹੈ ਨਿਊ ਹੋਲੈਂਡ ਪਾਕਿਸਤਾਨੀ ਪਹਿਲਾਂ ਹੀ ਭੰਨ ਲੈਣਾ ਇਹਨੇ ਹਾਂ ਹਾਂ ਗੱਡੀ ਵੀ ਦੱਸ ਦਿਆ ਤੁਹਾਨੂੰ ਜਲਦੀ ਕਿਹੜੀ ਸੀ ਕਿਆ ਬਾਤ ਹੈ ਲੱਕੜ ਦਾ ਪਲੇਟਫਾਰਮ ਦੇ ਉੱਤੇ ਪਹਿਲਾ ਕਹਿੰਦੇ ਮਾਤਾ ਕੜੀ ਸਾ ਬਾਈ ਯਾਰ ਮੈਂ ਕੀ ਕਰਾਂ ਟੇਢਾ ਜਾਂਦਾ ਯਾਰ ਇਹਦੇ ਕਿ ਡਿਫਰੈਂਸ਼ੀਅਲ ਨਹੀਂ ਹੁੰਦਾ 855 ਦੇ ਸੈਂਟਰ ਜਿਹਾ ਕਰਾ ਦੇ ਬਾਈ ਹੁਣ ਜ਼ਿਆਦਾ ਤਿੰਨ ਫੋਲ ਕਰਨੇ ਜਾਂ ਸਿੱਧਾ ਟਰੈਕਟਰ ਲੈ ਕੇ ਜਾਂਦੇ ਮਾੜਾ ਜਿਹਾ ਉੜਿਆ ਨਾ ਤੰਨੀ ਖਿੱਚ ਮਾੜਾ ਜਿਹਾ ਬਾਈ ਉਹ ਨਾਮ ਨੂਮ ਆ ਗਏ ਕੀ ਨਾਮ ਮਿਲਣਾ ਹਾਂ ਠੀਕ ਆ ਠੀਕ ਆ ਠੀਕ ਆ ਓਕੇ 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 ਦੋ ਤਾਂ ਫਿਰ ਮੇਰੀਆਂ ਹੀ ਹੋ ਗਈਆਂ ਥੱਲੇ ਜੇ ਬਾਬੇ ਨੇ ਕਿਰਪਾ ਕੀਤੀ ਤਾਂ ਮਿੱਤਰੋ ਉਹ ਭਾਵੇਂ ਤੀਜੇ 'ਤੇ ਆਇਆ ਤਾਂ ਵੀ ਤਾਂ ਹੋਊਗੀ ਲਓ ਮਿੱਤਰੋ ਤਿਆਰ ਬਾਰ ਤਿਆਰ ਆ ਬਾਈ ਮੈਂ ਤਿਆਰ ਹਾਂ ਸਿੱਧਾ 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 ਹਾਏ ਹੋਏ ਨਹੀਂ ਯਾਰ ਰਹਿੰਦਾ ਡਿਫਰੈਂਸਰ ਨਹੀਂ ਨਾ ਸਵਰਾਜ ਦੇ ਸਵਰਾਜ ਦੇ ਗੰਦਾ ਨਾ ਕਹੋ ਇਹਨੇ ਪਹਿਲਾ ਨਾਮ ਲੈ ਕੇ ਜਾਣਾ ਵਾ ਲਓ ਵੀ ਮਿੱਤਰੋ ਇੱਕ ਫੌਲ ਆਪਣੇ ਹਿੱਸੇ ਆ ਗਿਆ ਵਾ ਅਤੇ ਦੋ ਹੋਰ ਕੀਤੇ ਆਪਾਂ ਜਿੱਤ ਲਾਂਗੇ ਪਰ ਮੇਰਾ ਇਰਾਦਾ ਕੀ ਐਤਕੀ ਸਿੱਧਾ ਹੀ ਲੈ ਕੇ ਜਾਈਏ ਮਾੜਾ ਮੈਨੂੰ ਖਿੱਚਣਾ ਪੈਣਾ ਸੰਨੀ ਨੇ ਆਰਡਰ ਨਾ ਕਰੀ ਠੀਕ ਆ ਤੂੰ ਨਾ ਬਸ ਖਿੱਚ ਲਾ ਮਾੜਾ ਜਿਹਾ ਖਿੱਚਣਾ ਨਾ ਬਸ ਤਿਆਰ ਆ ਬਾਈ ਤਿਆਰ ਆ ਤਿਆਰ ਆ ਇਹ ਸਵਾਰੀ ਤਾਂ ਸਿੱਧਾ ਲੈ ਕੇ ਜਾਊ ਲਿਜਾਊ ਸਿੱਧਾ ਹਾਏ ਹੋਏ ਬਾਈ ਮੈਂ ਕੁਛ ਨਹੀਂ ਕਰਦਾ ਬਾਈ ਮੈਂ ਕੁਛ ਨਹੀਂ ਕਰ ਸਕਦਾ ਬਾਈ ਮੈਂ ਕੀ ਕਰਾਂ ਬਾਈ ਟਰੈਕਟਰ ਮੇਰਾ ਖਿੱਚਦਾ ਪਰ ਸਿੱਧਾ ਨਹੀਂ ਜਾਂਦਾ ਵੇਖ ਜਾਂਦਾ ਵੇਖ ਜਾਂਦਾ ਓ ਬੱਲੇ ਡੈਣਾ ਥੋ ਕਿਆ ਬਾਤ ਹੈ ਜੀ ਕਿਆ ਬਾਤ ਹੈ ਪਹਿਲੇ ਨੰਬਰ 'ਤੇ ਆ ਗਿਆ ਝੋਟਾ ਗਲਤ ਤਰੀਕੇ ਨਾਲ ਕੀ ਆ ਬਾਈ ਤੁਸੀਂ ਤਿੰਨ ਵਾਰੀ ਕਰ ਲਓ ਫੋਲ ਕਿਆ ਬਾਤ ਹੈ ਮਿੱਤਰੋ ਕਿਆ ਬਹੁਤ ਹੈ ਜਾਣ ਕੇ ਨਹੀਂ ਕੀਤੇ ਮਿੱਤਰੋ ਆਪਾਂ ਫੋਲ ਹੁੰਦੇ ਪਏ ਸੀਗੇ ਕੀ ਕਰੀਏ ਪਹਿਲੇ 'ਤੇ ਆਇਆ ਡੈਣਾਥੋਰ ਦੂਜੇ 'ਤੇ ਆਇਆ ਮਹਿੰਦਰਾ ਤੀਜੇ 'ਤੇ ਫਿਰ ਆਪਣਾ ਪਾਕਿਸਤਾਨੀ ਨਿਊ ਹੋਲੈਂਡ ਬਾਈ ਅੱਜ ਹੀ ਦੇਣੇ ਨਾਮ ਬਾਈ ਕਿੱਥੇ ਆ ਨਾਮ ਤੁਸੀਂ ਕਮੇਟੀ ਇਕੱਠੀ ਕੀਤੀ ਸੀਗੀ ਹਾਏ ਹੋਏ ਕਿੱਥੇ ਆ ਨਾਮ ਦਿਖਾਓ ਮਿੱਤਰੋ ਮਾੜੇ ਜਿਹੇ ਆਏ ਹੋਏ ਮੇਰਾ ਝੋਟਾ ਇਕੱਲਾ ਖੜਾ ਕੋਈ ਕੁਛ ਕਰਨ ਆ ਜਾ ਬਾਈ ਪਹਿਲਾਂ ਨਾਮ ਆ ਗਿਆ ਮਿੱਤਰੋ ਅੱਜ ਤਾਂ ਸਿਰਾ ਹੋ ਗਿਆ
ਓਹੋ ਬੱਲੇ 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 855 ਨਾਲ ਮੈਚ ਹੋ ਗਈ ਮਿੱਤਰੋ, ਕਿਆ ਬਾਤ ਹੈ, ਬਾਰੀਆਂ ਭੇਡ ਦੋ ਓਏ ਬਾਈ। ਆਹ ਲੈਂਬਰਗਿਨੀ ਨਹੀਂ, ਫਰਾਰੀ, ਫਰਾਰੀ ਇਹ ਵੀ ਫਰਾਰੀ ਹਰੀ ਦੂਜੇ ਸੰਨੀ ਦੇਖ ਓਏ ਕਰਦੀ ਕਿ ਨਹੀਂ ਮੈਚ ਤੈਨੂੰ ਵੀ ਫਿਰ ਬਾਈ। ਤੀਜੇ ਨੰਬਰ ਤੇ ਬਰਬਸ ਪਾਕਿਸਤਾਨੀ ਟਰੈਕਟਰ ਮੇਰਾ ਸੀਗਾ, ਸੋ ਤੀਜੇ ਕਿਧਰੋਂ ਤੇਰਾ ਸੀ ਬਾਈ? ਹੈਲੋ ਹੈਲੋ ਰੁਕੀ ਬਾਈ, ਤੂੰ ਮੈਨੂੰ ਵੇਚਿਆ ਸੀ? ਕਦੋਂ ਵੇਚਿਆ ਸੀ ਬਾਈ ਤੈਨੂੰ ਮੈਂ? ਬਾਰੀ ਜੀ ਖੋਲ ਕੇ ਵਿੱਚ ਵੜਾ ਸੰਨੀ, ਬਾਰੀ ਭੇੜੀ ਬਾਈ ਮੇਰੀ ਗੱਡੀ ਦੀ ਬਾਈ ਯਾਰ। ਲਓ ਵੀ ਮਿੱਤਰੋ ਕਿਆ ਬਾਤ ਹੈ, ਮੈਂ ਵੀ ਮਾਰਾਂ ਸੈਲਫ। ਉਹ ਤੇਰੀ ਉਹ ਬਈ ਓਏ ਲਾ ਫਰਾਰੀ ਹੁਣ ਨਿਕੜਦੀ ਨਹੀਂ ਬਈ, ਗੱਲ ਕੋਈ ਹੋ ਗਈ ਕੋਲ। ਹਾਂ ਚੱਲ ਕੋਈ ਨਾ ਸੰਨੀ, ਤੂੰ ਵੀ ਮਾਰ ਸੈਲਫ ਮਾੜੀ ਜੀ, ਦੇ ਕੇ ਆਈਏ ਗੇੜਾ ਬਈ। ਓਏ 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 ਕਿਆ ਪਿਕਅਪ ਆ ਬਾਈ ਗੱਡੀ ਦਾ ਬਾਈ, ਆਹ ਹੁੰਦੇ ਆ ਟੋਜਨ, 20,000 ਨਹੀਂ ਮੇਲੇ ਦਾ ਨਾਮ, ਕਹਿੰਦੇ ਸਿੱਧੀ ਫਰਾਰੀ ਆਓ ਜਾਂਦੀ। 150 ਲੱਗਦੀ ਆ ਮਿੱਤਰੋ ਮਿੰਟਾਂ ਸਕਿੰਟਾਂ ਦੇ ਵਿੱਚ। ਓਏ ਸੰਨੀ ਹੌਲੀ 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 ਬਰਬਸ ਵਾਲਾ ਪਿੱਛੇ ਰਹਿ ਗਿਆ ਯਾਰ। ਕਿਆ ਬਾਤ ਹੈ ਕਿਆ ਬਾਤ ਹੈ, ਗਾਂ ਡੈਥ ਆ ਬਾਈ, ਗਾਂ ਮੌਤ ਆ ਏ, ਗਾਂ ਮੌਤ ਆ ਸਪਿੰਕਰਾ, ਗਾਂ ਮੌਤ ਆ। ਨਾ ਪੰਗੇ ਲੈ, ਨਾ ਪੰਗੇ ਲੈ, ਨਾ ਪੰਗੇ ਲੈ, ਨਾ ਪੰਗੇ ਲੈ, ਨਾ ਪੰਗੇ ਲੈ ਬਾਈ। ਮਿੱਤਰੋ ਕਮੈਂਟ ਕਰਕੇ ਦੱਸੋ ਕਿਵੇਂ ਦੀ ਲੱਗੀ ਫਰਾਰੀ, ਕਹਿੰਦੇ ਜਿਹੜੀ ਆਪਾਂ ਜਿੱਤ ਕੇ ਆਏ ਹਾਂ। ਕਿਆ ਬਾਤ ਹੈ ਬਾਈ, ਇਹ ਕਹਿੰਦੇ ਡਰਾਈਵਰੀ ਡਰਾਈਵਰੀ ਦਾ ਫਰਕ ਹੁੰਦਾ ਹੈ, ਫਰਕ ਹੁੰਦਾ ਹੈ ਸਪਿੰਕਰਾ, ਫਰਕ ਹੁੰਦਾ ਹੈ। ਸੋ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਕਿਆ ਉਹ ਤੇਰੀ ਓਏ ਮੌਤ ਨਾਲ ਖੇਡਦਾ ਬਾਈ ਸੰਨੀ ਵੀ, ਸੰਨੀ ਦੀ ਡਰਾਈਵਰੀ ਸਿਰਾ ਬਾਈ, ਕੋਈ ਚੱਕਰ ਵਾਲਾ ਕੰਮ ਹੈ ਨੀਗਾ। ਪਰ ਕਹਿੰਦੇ ਕਿਆ ਬਾਤ ਹੈ ਮਿੱਤਰੋ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗੀ ਆਪਣੀ ਫਰਾਰੀ, ਅਤੇ ਥੱਲੇ ਸਪਿੰਕਰ ਵੀ ਕਹਿੰਦੇ ਸਿਰਾ ਕਰਾਈ ਜਾਂਦਾ ਉਹ ਖੜੀ ਉਹਦੀ ਬਰਬਸ। ਕਿਆ ਬਾਤ ਹੈ ਬਾਈ ਕਿਆ ਬਾਤ ਹੈ, ਲਿਆ ਉੱਤੇ। ਚੰਗੋ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਹੋਪ ਤੁਹਾਨੂੰ ਇਹ ਲੰਮੀ ਜੀ ਵੀਡੀਓ ਘੈਂਟ ਲੱਗੀ ਹੋਊ, ਬਾਏ। ਮੁੰਡੇ ਸਿਰ ਨੀ ਚਕਾਉਂਦੇ ਮਾਰਨਾ ਮਨਜੂਰਿਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰ ਦਾਣਾ, ਅਣੇ ਕਹਿਲੀ ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।